ਹਾਂ ਜੀ, ਜੇ ਤੁਸੀਂ ਵੀ ਰਹਿ ਰਹੇ ਹੋ ਗੋਲਫ ਕੰਟਰੀ ਦੇ ਵਿੱਚ ਜਾਂ ਕਿਸੇ ਛੋਟੀ ਕੰਟਰੀ, ਦੁਬਈ, ਕੁਵੈਤ, ਦੋਹਾ, ਕਤਰ, ਇਹਨਾਂ ਛੋਟੀਆਂ ਕੰਟਰੀਆਂ ਦੇ ਵਿੱਚ ਤੁਸੀਂ ਵੀ ਰਹਿ ਰਹੇ ਹੋ, ਤਾਂ ਤੁਸੀਂ ਕਿੱਦਾਂ ਹੋ ਸਕਦੇ ਹੋ ਜਰਮਨ ਦੇ ਵਿੱਚ ਮੂਵ ਲੀਗਲ ਤੌਰ 'ਤੇ? ਇਹ ਵੀਡੀਓ ਹੈ ਸਿਰਫ ਤੁਹਾਡੇ ਲਈ। ਫਿਰ ਤਾਂ ਜਿਹੜੇ ਮੇਰੇ ਭੈਣ ਭਰਾ ਕੰਮ ਕਰਦੇ ਪਏ ਨੇ ਉੱਥੇ, ਕੰਸਟਰਕਸ਼ਨ ਦਾ, ਸਿਕਿਉਰਿਟੀ ਦਾ ਜਾਂ ਡਰਾਈਵਰੀ ਕਰਦੇ ਪਏ ਨੇ, ਤੁਸੀਂ ਵੀ ਕਿੱਦਾਂ ਹੋ ਸਕਦੇ ਹੋ ਥੋੜ੍ਹੇ ਪੈਸਿਆਂ ਦੇ ਵਿੱਚ, ਸਿਰਫ ਅੰਬੈਸੀ ਫੀਸ ਦੇ ਵਿੱਚ, ਅਤੇ ਆਪਣੀ ਟਿਕਟ ਲਗਾ ਕੇ ਜਰਮਨ ਦੇ ਵਿੱਚ ਮੂਵ? ਇਹ ਸਿਰਫ ਵੀਡੀਓ ਤੁਹਾਡੇ ਲਈ। ਤੁਸੀਂ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਤੁਸੀਂ ਕਿੱਦਾਂ ਮੂਵ ਹੋ ਸਕਦੇ ਹੋ, ਕਿੱਦਾਂ, ਕਿੱਥੇ ਅਪਲਾਈ ਕਰਨਾ, ਕਿਹੜੇ ਤੁਹਾਨੂੰ ਪੇਪਰ ਚਾਹੀਦੇ ਨੇ, ਅਤੇ ਤੁਹਾਨੂੰ ਕਿੱਦਾਂ ਅੱਗੇ ਪ੍ਰੋਸੈਸ ਚੱਲਣਾ, ਤੁਸੀਂ ਜਰਮਨ 'ਚ ਲੀਗਲ ਤੌਰ 'ਤੇ ਆ ਸਕਦੇ ਹੋ। ਵੀਡੀਓ ਦੇ ਐਂਡ ਤੱਕ ਬਣੇ ਰਹੋ, ਵੀਡੀਓ ਨੂੰ ਐਂਡ ਤੱਕ ਦੇਖਿਓ, ਸਾਰਾ ਪ੍ਰੋਸੈਸ ਵੀਡੀਓ 'ਚ ਮੈਂ ਸਮਝਾਵਾਂਗਾ। ਕਿਉਂਕਿ ਪਿਛਲੀ ਵਾਰੀ ਮੈਂ ਵੀਡੀਓ ਬਣਾਈ ਸਿਰਫ ਜਰੋਬ ਵਾਸਤੇ, ਅਤੇ ਬਹੁਤ ਜਾਣੇ ਮੇਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਕਿ ਸਾਡੇ ਵਾਸਤੇ ਭਾਅ ਜੀ ਵੀਡੀਓ ਬਣਾਓ। ਇਹ ਸਿਰਫ ਵੀਡੀਓ ਅੱਜ ਤੁਹਾਡੇ ਵਾਸਤੇ ਜਿਹੜੇ ਛੋਟੀ ਕੰਟਰੀਆਂ, ਗੋਲਫ ਕੰਟਰੀਆਂ ਦੇ ਵਿੱਚ ਰਹਿ ਰਹੇ ਨੇ, ਅਰਬ ਕੰਟਰੀਆਂ ਦੇ ਵਿੱਚ ਨਾ ਰਹਿ ਰਹੇ ਨੇ। ਅਤੇ ਚਲੋ ਚੱਲਦੇ ਹਾਂ, ਪਹਿਲਾਂ ਤਾਂ ਸ਼ੁਰੂਆਤ ਕਰਦੇ ਹਾਂ। ਵੈਲਕਮ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ, ਟਿਊਬਕਾਸਟ ਦੇ ਉੱਤੇ, ਅਤੇ ਤੁਹਾਡੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਤੁਸੀਂ ਵੀ ਹੋ ਸਕਦੇ ਹੋ ਲੀਗਲ ਤੌਰ 'ਤੇ ਮੂਵ। ਜਿਹੜੇ ਵੀ ਮੇਰੇ ਭੈਣ ਭਰਾ ਲੀਗਲੀ ਕੰਮ ਕਰਦੇ ਪਏ ਨੇ ਦੁਬਈ ਦੇ ਵਿੱਚ, ਗੋਲਫ ਕੰਟਰੀਆਂ ਦੇ ਵਿੱਚ, ਐਜ਼ ਏ ਕੰਟਰੈਕਟਰ ਦੇ ਵਿੱਚ ਨਾ ਕਿਸੇ ਕੰਪਨੀ ਦੇ ਅੰਡਰ ਕੰਮ ਕਰਦੇ ਪਏ ਨੇ, ਤਾਂ ਤੁਹਾਨੂੰ ਕਿਹੜੇ ਕਿਹੜੇ ਪੇਪਰ ਆਪਣੀ ਕੰਟਰੀ ਤੋਂ ਚਾਹੀਦੇ ਨੇ, ਕਿਹੜੇ ਕਿਹੜੇ ਪੇਪਰ ਤੁਹਾਨੂੰ ਜਰਮਨ ਤੋਂ ਚਾਹੀਦੇ ਨੇ, ਕਿੱਥੇ ਤੁਸੀਂ ਅਪਲਾਈ ਕਰਨਾ, ਕਿੱਦਾਂ ਤੁਸੀਂ ਅਪਲਾਈ ਕਰਨਾ ਹੈ, ਕਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੇ ਨੇ, ਉਹ ਸਾਰਾ ਕੁਝ ਤੁਹਾਨੂੰ ਸਮਝਾਇਆ ਜਾਏਗਾ ਹੁਣ ਇਸ ਵੀਡੀਓ ਦੇ ਵਿੱਚ। ਵੀਡੀਓ ਦੇ ਜੇ ਐਂਡ ਤੱਕ ਬਣੇ ਰਹੋਗੇ ਨਾ, ਤਾਂ ਫਿਰ ਤੁਹਾਨੂੰ ਸਮਝ ਲੱਗੇਗੀ। ਜਿਹੜੇ ਜਿਸ ਕਿਸੇ ਮੇਰੇ ਵੀਰ ਭੈਣ ਭਰਾ ਕੋਲ ਟਾਈਮ ਨਹੀਂ ਹੈਗਾ ਇੰਨਾ ਵੀਡੀਓ ਐਂਡ ਤੱਕ ਦੇਖਣ ਦਾ, ਤਾਂ ਉਹ ਹੁਣ ਇਹ ਵੀਡੀਓ ਛੱਡ ਕੇ ਜਾ ਸਕਦਾ, ਆਪਣਾ ਕੀਮਤੀ ਟਾਈਮ ਨਾ ਖਰਾਬ ਕਰੇ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਚੈਨਲ ਨੂੰ ਸ਼ੇਅਰ ਜ਼ਰੂਰ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਚੈਨਲ ਨੂੰ ਵੀ ਸ਼ੇਅਰ ਕਰਿਆ ਕਰੋ, ਤਾਂ ਕਿ ਸਾਰਿਆਂ ਦੀ ਅੱਗੇ ਹੈਲਪ ਹੋ ਸਕੇ। ਅਸੀਂ ਤਾਂ ਸਿਰਫ ਤੁਹਾਡੇ ਲਈ ਇਹੀ ਕਰਦੇ ਹਾਂ ਕਿ ਮੇਰੇ ਭੈਣ ਭਰਾ ਜਿੰਨੇ ਵੀ ਹੈਗੇ, ਏਜੰਟ ਤੋਂ ਬਚ ਕੇ ਰਿਹਾ ਕਰੋ, ਕਿਸੇ ਵੀ ਏਜੰਟ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਤੁਹਾਨੂੰ। ਤੁਸੀਂ ਆਪ ਹੀ ਅਪਲਾਈ ਕਰਕੇ ਜਰਮਨ ਦੇ ਵਿੱਚ ਆ ਸਕਦੇ ਹੋ, ਯੂਰਪ ਕੰਟਰੀ ਦੇ ਵਿੱਚ ਕਿਸੇ 'ਚ ਵੀ ਆ ਸਕਦੇ ਹੋ, ਅਤੇ ਉਹਨਾਂ ਲਈ ਬਹੁਤ ਹੀ ਆਸਾਨੀ ਨਾਲ ਤੁਸੀਂ ਆ ਸਕਦੇ ਹੋ ਐਜ਼ ਏ ਵਰਕ ਪਰਮਿਟ ਉੱਤੇ, ਵੀਜ਼ੇ 'ਤੇ ਤੁਸੀਂ। ਅਤੇ ਕਿੰਨੀ ਵਾਰੀ ਮੈਂ ਤੁਹਾਨੂੰ ਕਿਹਾ ਜੀ ਏਜੰਟ ਪੈਸੇ ਮੰਗਦਾ ਹੁੰਦਾ, ਤਾਂ ਪਹਿਲਾਂ ਉਹਨਾਂ ਕੋਲ ਕਲੀਅਰ ਕਰਿਆ ਕਰੋ ਕਿ ਪੈਸੇ ਤੁਸੀਂ ਕਾਹਦੇ ਮੰਗਦੇ ਪਏ ਹੋ। ਕੋਈ ਪੈਸਾ ਨਹੀਂ ਲੱਗਦਾ ਮੇਰੇ ਭੈਣ ਭਰਾ, ਉਹ ਸਿਰਫ ਤੁਹਾਡੀ ਅੰਬੈਸੀ ਦੀ ਫੀਸ ਲੱਗਦੀ ਹੈ। ਆਪਣੀ ਫਾਈਲ ਤੁਸੀਂ ਆਪ ਤਿਆਰ ਕਰਕੇ ਲਗਾ ਸਕਦੇ ਹੋ, ਤੁਸੀਂ ਵੀ ਆ ਸਕਦੇ ਹੋ, ਮੂਵ ਹੋ ਸਕਦੇ ਹੋ ਜਰਮਨ ਦੇ ਵਿੱਚ ਬਿਨਾਂ ਕੋਈ ਟੈਨਸ਼ਨ ਤੋਂ। ਚਲੋ ਚੱਲਦੇ ਹਾਂ, ਹੁਣ ਕਰਦੇ ਹਾਂ ਪਹਿਲੀ ਗੱਲ। ਜਿਹੜੇ ਤਾਂ ਮੇਰੇ ਭੈਣ ਭਰਾ ਡਰਾਈਵਿੰਗ ਕਰਦੇ ਪਏ ਨੇ, ਉਹਨਾਂ ਕੋਲ ਲਾਇਸੈਂਸ ਹੋਣਾ ਚਾਹੀਦਾ, CE ਲੈਵਲ ਦਾ ਲਾਇਸੈਂਸ ਹੋਣਾ ਚਾਹੀਦਾ, ਜਿਨ੍ਹਾਂ ਕੋਲ ਵੱਡਾ ਲਾਇਸੈਂਸ, ਜਿਹਨੂੰ ਕਹਿੰਦੇ ਨੇ ਵੱਡਾ ਲਾਇਸੈਂਸ, ਅਤੇ ਇੰਟਰਨੈਸ਼ਨਲ ਲੈਵਲ 'ਤੇ ਲਾਇਸੈਂਸ ਹੋਣਾ ਚਾਹੀਦਾ। ਉਹ ਜਿਹੜੇ ਮੇਰੇ ਭੈਣ ਭਰਾ ਟਰੱਕ ਡਰਾਈਵਰੀ ਕਰਦੇ ਨੇ, ਉੱਥੇ ਜੇ ਡਰਾਈਵਰੀ ਕਰਦੇ, ਉਹਨਾਂ ਨੂੰ ਪਤਾ ਹੈ ਇੱਕ ਪਹਿਲਾਂ ਛੋਟਾ ਲਾਇਸੈਂਸ ਬਣਦਾ, ਫਿਰ ਇੱਕ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਪੜ੍ਹ ਕੇ ਤੁਸੀਂ ਐਜ਼ ਏ ਐਗਜ਼ਾਮ ਦੇ ਕੇ ਤੁਹਾਨੂੰ ਲਾਇਸੈਂਸ ਮਿਲਦਾ ਡਰਾਈਵਿੰਗ ਦਾ ਨਾ, ਵੱਡਾ ਲਾਇਸੈਂਸ ਜਿਹਨੂੰ ਕਹਿੰਦੇ ਨੇ, ਉਹ ਜਿਹੜਾ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ। ਅਤੇ ਜਿਹੜੇ ਮੇਰੇ ਭੈਣ ਭਰਾ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਪਏ ਨੇ, ਉਹਨਾਂ ਨੂੰ ਸਿਕਿਉਰਿਟੀ ਦੇ ਵਿੱਚ ਘੱਟੋ ਘੱਟ ਵੀ 1 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੋਣਾ ਚਾਹੀਦਾ। ਜਿਨ੍ਹਾਂ ਨੇ ਅਪਲਾਈ ਕਰਨਾ ਸਿਕਿਉਰਿਟੀ ਵਾਸਤੇ, ਉਹਨਾਂ ਨੂੰ 1 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੋਣਾ ਚਾਹੀਦਾ, ਅਤੇ ਕੰਪਨੀ ਦੇ ਵਿੱਚ ਆਲਰੇਡੀ ਤੁਹਾਨੂੰ ਕੰਮ ਕਰਦੇ ਹੁਣ, ਕੰਮ ਛੱਡਿਆ ਨਹੀਂ ਹੋਣਾ ਚਾਹੀਦਾ, ਕੰਮ ਕਰਦੇ ਰਹਿਣਾ ਹੁੰਦਾ ਚਾਹੀਦਾ। ਜਿਹੜੇ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਨੇ, ਜਿਹੜੇ ਐਜ਼ ਏ ਕੰਸਟਰਕਸ਼ਨ 'ਚ ਕੰਮ ਕਰਦੇ ਨੇ, ਜਾਂ ਮਿਸਤਰੀ ਹੋ ਗਏ ਜਾਂ ਲੇਬਰ ਦੇ ਵਿੱਚ ਕੋਈ ਵੀ ਕੰਮ ਕਰਦੇ ਹੋਵੇ, ਜੇ ਤਾਂ ਉਹ ਕੰਪਨੀ 3 ਸਾਲ ਤੋਂ ਜ਼ਿਆਦਾ ਕੰਮ ਕਰ ਰਹੇ ਨੇ ਇੱਕ ਕੰਪਨੀ ਦੇ ਵਿੱਚ, ਉਹਨਾਂ ਲਈ ਬਹੁਤ ਵਧੀਆ ਗੱਲ ਹੈ, ਉਹ ਇੱਥੇ ਕੰਪਨੀ ਦੇ ਥਰੂ ਅਪਲਾਈ ਕਰ ਸਕਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਇੱਥੇ ਵੀ ਕੰਸਟਰਕਸ਼ਨ ਦੀਆਂ ਤਗੜੀਆਂ ਤਗੜੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਨੂੰ ਲੇਬਰ ਬੰਦੇ ਚਾਹੀਦੇ ਹੈਗੇ ਨੇ, ਉਹਨਾਂ ਲਈ ਖੁਸ਼ਖਬਰੀ ਇਹ ਹੈ ਕਿ ਉਹਨਾਂ ਨੂੰ ਲੈਂਗੁਏਜ ਸਕਿੱਲ ਦੀ ਕੋਈ ਫਰਕ ਨਹੀਂ ਪੈਂਦਾ, ਸਿਰਫ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਸਮਝ। ਉਹਨਾਂ ਨੂੰ ਜਰਮਨ ਦੇ ਵਿੱਚ ਇਹ ਨਹੀਂ ਹੈਗਾ ਕਿ ਜਰਮਨ 'ਚ ਬੰਦਾ ਚਾਹੀਦਾ, ਉਹਨਾਂ ਨੂੰ ਆਪਣੇ ਲੇਬਰ ਦੇ ਨਾਲ ਮਤਲਬ ਹੈ, ਇੰਗਲਿਸ਼ ਉਹਨੂੰ ਬੰਦੇ ਨੂੰ ਜ਼ਰੂਰ ਕੰਪਲਸਰੀ ਲਿਆਉਂਦੀ ਹੋਣੀ ਚਾਹੀਦੀ ਹੈ।
ਕੋਈ ਵੀ ਬੰਦਾ ਜਿਹੜਾ ਜਿਹਨੇ ਅਪਲਾਈ ਕਰਨਾ ਹੈ, ਕਿਉਂਕਿ ਤੁਹਾਡੀ ਇੰਟਰਵਿਊ ਜਿਹੜੀ ਹੋਏਗੀ ਜੋ ਤੁਸੀਂ ਪੇਪਰ ਸਬਮਿਟ ਕਰਵਾਉਣੇ ਨੇ, ਇੰਗਲਿਸ਼ 'ਚ ਤੁਹਾਡੇ ਕੋਲ ਸਵਾਲ ਪੁੱਛ ਜਾਣਗੇ, ਕਿਉਂਕਿ ਜਰਮਨ ਜੇ ਤੁਹਾਨੂੰ ਨਹੀਂ ਆਉਂਦੀ ਤੁਸੀਂ ਇੰਗਲਿਸ਼ ਦੇ ਵਿੱਚ ਹੀ ਆਂਸਰ ਆਪਣਾ ਸਵਾਲ ਜਵਾਬ ਦੇ ਸਕਦੇ ਹੋ। ਬਾਕੀ ਮੇਰੇ ਭੈਣ ਭਰਾਵਾਂ ਦਾ ਬਹੁਤ ਹੀ ਸਵਾਲ ਰਹਿੰਦਾ ਕਿ ਭਾਅ ਜੀ ਅਸੀਂ ਕਿੱਦਾਂ ਅਪਲਾਈ ਕਰਨਾ, ਭਾਅ ਜੀ ਕਿੱਦਾਂ ਤੁਸੀਂ ਅਪਲਾਈ ਕਰਨਾ, ਕਿੱਥੇ ਤੁਸੀਂ ਅਪਲਾਈ ਕਰਨਾ, ਕਿਹੜੇ ਪੇਪਰ ਚਾਹੀਦੇ ਨੇ, ਤੁਹਾਨੂੰ ਸਾਰਾ ਕੁਝ ਦੱਸਾਂਗਾ। ਪਹਿਲਾਂ ਮੈਂ ਤੁਹਾਨੂੰ ਇੱਥੇ ਲਿਸਟ ਦੇ ਆਲਰੇਡੀ ਤੁਹਾਨੂੰ ਦੱਸ ਦਿੰਦਾ, ਪਹਿਲਾਂ ਤੁਹਾਨੂੰ ਇੱਥੋਂ ਤੁਸੀਂ ਜਦੋਂ ਅਪਲਾਈ ਕਰਨ ਤੋਂ ਪਹਿਲਾਂ ਜਿਹੜੇ ਤੁਹਾਨੂੰ ਉੱਥੋਂ ਪੇਪਰ ਚਾਹੀਦੇ ਤੁਹਾਡੀ ਕੰਟਰੀ ਤੋਂ, ਤੁਹਾਡੀ ਕੰਟਰੀ ਦੇ ਜਿੱਥੇ ਤੁਸੀਂ ਰਹਿੰਦੇ ਪਏ ਹੋ, ਘਰ ਦਾ ਰਜਿਸਟ੍ਰੇਸ਼ਨ ਲੈਟਰ ਚਾਹੀਦਾ ਜਿੱਥੇ ਤੁਹਾਡਾ ਘਰ ਦਾ ਰਜਿਸਟ੍ਰੇਸ਼ਨ ਹੋਈ ਹੋਈ, ਜਿੱਥੇ ਤੁਹਾਡਾ ਐਡਰੈਸ ਚੱਲਦਾ ਪਿਆ, ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ, ਪਾਸਪੋਰਟ 6 ਮਹੀਨੇ ਤੋਂ ਜ਼ਿਆਦਾ ਵੈਲਿਡ ਹੋਣਾ ਚਾਹੀਦਾ, ਪਾਸਪੋਰਟ ਸਾਈਜ਼ 2 ਫੋਟੋਆਂ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਤੁਹਾਡੇ ਕੋਲ ਇੱਕ CV ਹੋਣਾ ਚਾਹੀਦਾ, CV ਜਿਹੜਾ ਕਹਿੰਦੇ ਲੇਬਨ ਸੋਬ ਜਿਹਨੂੰ ਤਿਆਰ ਕੀਤਾ ਹੋਣਾ ਚਾਹੀਦਾ, ਉਹਦੀ ਵੀਡੀਓ ਵੀ ਨੈਕਸਟ ਵੀਡੀਓ ਆ ਰਹੀ ਹੈ, ਤੁਸੀਂ ਆਪਣਾ CV ਕਿੱਦਾਂ ਤਿਆਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਚੈਨਲ ਨੂੰ ਸ਼ੇਅਰ ਕਰ ਦਿਓ, ਉੱਥੇ ਤੁਸੀਂ ਵੀਡੀਓ ਦੇਖ ਸਕਦੇ ਹੋ ਤੁਸੀਂ CV ਕਿੱਦਾਂ ਤਿਆਰ ਕਰਨਾ। ਬਾਕੀ ਜਿਹੜਾ ਚੌਥਾ ਡਾਕੂਮੈਂਟ ਹੈ, ਚੌਥਾ ਡਾਕੂਮੈਂਟ ਹੈਗਾ ਤੁਹਾਨੂੰ ਕੁਆਲੀਫਿਕੇਸ਼ਨ ਜਿਹੜੀ ਵੀ ਹੈਗੀ, ਭਾਵੇਂ ਤੁਸੀਂ 10ਵੀਂ ਪਾਸ ਕੀਤੀ, ਭਾਵੇਂ ਤੁਸੀਂ +2 ਪਾਸ ਕੀਤੀ ਆ, ਉਹਦੇ ਸਰਟੀਫਿਕੇਟ ਜ਼ਰੂਰ ਲਗਾਓ, ਪਰ ਹੋਣੇ ਤੁਹਾਡੇ ਇੰਗਲਿਸ਼ ਦੇ ਵਿੱਚ ਚਾਹੀਦੇ ਨੇ। ਅਤੇ ਜਿੱਦਾਂ ਸਾਨੂੰ ਜਿਨ੍ਹਾਂ ਨੂੰ ਵੀ ਸਰਟੀਫਿਕੇਟ ਇੰਗਲਿਸ਼ ਦੇ ਵਿੱਚ ਉਹ ਲਗਾ ਸਕਦੇ ਨੇ ਆਟੋਮੈਟਿਕਲੀ ਨਾਲ ਹੀ। ਅਤੇ ਜਿਹੜਾ ਪੰਜਵਾਂ ਹੈਗਾ ਇੱਕ ਮੋਟੀਵੇਸ਼ਨ ਲੈਟਰ ਅਤੇ ਕਵਰ ਲੈਟਰ, ਜਿਹਨੂੰ ਕਹਿੰਦੇ ਮੋਟੀਵੇਸ਼ਨ ਕਵਰ ਲੈਟਰ, ਆਟੋਮੈਟਿਕਲੀ ਤੁਹਾਡੇ ਕੋਲ ਹੋਣਾ ਚਾਹੀਦਾ, ਉਹ ਵਧੀਆ ਬਣਾ ਕੇ ਲਗਾਉਣਾ ਚਾਹੀਦਾ। ਉਹਦੇ ਵਿੱਚ ਸਿਰਫ ਤੁਸੀਂ ਇਹ ਐਕਸਪਲੇਨ ਕਰਨਾ ਤੁਸੀਂ ਇਹ ਕੰਟਰੀ ਤੋਂ ਉੱਥੇ ਮੂਵ ਕਿਉਂ ਹੋਣਾ ਚਾਹੁੰਦੇ ਹੋ, ਤੁਹਾਡੇ ਲਈ ਕਿਉਂ ਕੰਟਰੀ ਬੈਟਰ ਹੈਗੀ ਹੈ, ਇਹ ਤੁਸੀਂ ਮੂਵ ਕਰਨਾ ਆਲਰੇਡੀ। ਅਤੇ ਇਹ ਤੁਸੀਂ ਤੁਹਾਨੂੰ ਇੱਥੇ ਜਿਹੜੇ ਪੇਪਰ ਚਾਹੀਦੇ ਨੇ। ਬਾਕੀ ਇੱਕ ਅੰਬੈਸੀ ਲਈ ਇੱਕ ਵੀਜ਼ਾ ਐਪਲੀਕੇਸ਼ਨ ਫੋਰਮ ਹੁੰਦਾ, ਉਹ ਵੀ ਤੁਹਾਨੂੰ ਫਿਲ ਕਰਨਾ, ਉਹਦੀ ਵੀਡੀਓ ਆਲਰੇਡੀ ਮੈਂ ਬਣਾਈ ਹੈਗੀ ਆ, ਉਹ ਤੁਹਾਨੂੰ ਇੱਥੇ ਆਈ ਦੇ ਵਿੱਚ ਲਿੰਕ ਮਿਲ ਜਾਏਗਾ, ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇੱਥੇ ਲਿੰਕ ਪਿਆ, ਡਿਸਕ੍ਰਿਪਸ਼ਨ 'ਚ ਵੀ ਮੈਂ ਪਾ ਦਾਂਗਾ ਆਲਰੇਡੀ, ਅਤੇ ਤੁਸੀਂ ਦੇ ਸਕਦੇ ਹੋ। ਉਹਦੇ ਜਾ ਕੇ ਤੁਸੀਂ ਆਪਣਾ ਵੀਜ਼ਾ ਐਪਲੀਕੇਸ਼ਨ ਫੋਰਮ ਕਿੱਦਾਂ ਭਰਨਾ ਹੈ ਅਤੇ ਅਪੋਇੰਟਮੈਂਟ ਕਿੱਦਾਂ ਬੁੱਕ ਕਰਨੀ ਹੈ, ਉਹਦੇ ਵੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਵੀਡੀਓ ਬਣਾਈ ਹੈਗੀ, ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ, ਤੁਸੀਂ ਦੇ ਸਕਦੇ ਹੋ ਕਿ ਤੁਸੀਂ ਕਿੱਦਾਂ ਅਪੋਇੰਟਮੈਂਟ ਲੈਣੀ ਹੈ ਜਾ ਕੇ ਅੰਬੈਸੀ ਦੇ ਵਿੱਚ। ਅਤੇ ਬਾਕੀ ਇੱਕ ਡਿਕਲੇਰੇਸ਼ਨ ਫੋਰਮ ਹੁੰਦਾ, ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ। ਜਿਹੜਾ ਵਰਕ ਵੀਜ਼ਾ ਹੁੰਦਾ, ਐਜ਼ ਏ ਵਰਕ ਵੀਜ਼ਾ ਤੁਸੀਂ ਅਪਲਾਈ ਕਰਨਾ, ਚੈੱਕਲਿਸਟ ਤੁਹਾਨੂੰ ਆਲਰੇਡੀ ਮੈਂ ਇਹ ਚੈੱਕਲਿਸਟ ਤੁਹਾਨੂੰ ਸ਼ੋਅ ਕਰ ਦਾਂਗਾ, ਇੱਥੇ ਚੈੱਕਲਿਸਟ ਦੇਖ ਸਕਦੇ ਹੋ ਤੁਸੀਂ ਵੀ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਚੈੱਕਲਿਸਟ ਮਿਲ ਜਾਏਗੀ, ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਨੂੰ। ਬਾਕੀ ਇਹਦੇ ਪੇਪਰ ਸੀ ਤੁਹਾਨੂੰ ਜਿਹੜੀ ਤੁਹਾਡੀ ਕੰਟਰੀ ਚਾਹੀਦੀ, ਜਿਹੜੇ ਤੁਹਾਨੂੰ ਇਸ ਕੰਟਰੀ ਤੋਂ ਚਾਹੀਦੇ, ਜਰਮਨ ਜਿਹੜੀ ਵੀ ਕੰਟਰੀ ਤੁਸੀਂ ਮੂਵ ਜਿੱਦਾਂ ਹੋਣਾ ਚਾਹੁੰਦੇ, ਮੈਨੂੰ ਜਰਮਨ ਦਾ ਜ਼ਿਆਦਾ, ਜਰਮਨ ਦੇ ਵਿੱਚ ਤੁਸੀਂ ਮੂਵ ਹੋਣਾ ਚਾਹੁੰਦੇ ਹੋ, ਤੁਸੀਂ ਕੋਈ ਵੀ ਕੰਪਨੀ ਲੱਭ ਜਾਓ, ਤੁਸੀਂ ਜੇ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਯੂਲਿਸ ਪੈਗਾ ਇੰਟਰਨੈਸ਼ਨਲ ਲੱਭ ਸਕਦੇ ਹੋ, ਕੰਟਰੀ ਆਲਰੇਡੀ ਵਰਲਡ ਵਾਈਡ ਕੰਮ ਕਰਦੀ ਹੈ, ਆਲਰੇਡੀ ਨਾ ਐਕਸਪੈਂਡ ਕਰਦੀ ਹੈ ਸਾਰਾ ਕੁਝ, ਹੁਣ ਟਰਮੀਨਲ ਜਿਹੜਾ 3 ਹੈ ਫਰੈਂਕਫਰਟ ਦਾ ਉਹੀ ਬਣਾ ਰਹੀ ਹੈ ਕੰਪਨੀ ਵੀ। ਕੰਸਟਰਕਸ਼ਨ ਦੇ ਕੰਮ ਦੇ ਵਿੱਚ ਗੋਲਡ ਬੈਕ ਕੰਪਨੀ ਹੈਗੀ ਜਿਹੜੀ ਕੰਸਟਰਕਸ਼ਨ ਦਾ ਕੰਮ ਕਰਦੀ ਆ, ਉਹਨਾਂ ਕੋਲ ਬੜੇ ਪ੍ਰੋਜੈਕਟ ਹੈਗੇ ਨੇ, ਤੁਸੀਂ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਜਾ ਕੇ। ਹੋਰ ਵੀ ਵੱਖਰੇ ਵੱਖਰੇ ਕੰਸਟਰਕਸ਼ਨ ਦੀਆਂ ਕੰਪਨੀਆਂ ਹੈਗੀਆਂ ਨੇ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਜਿੱਦਾਂ ਆਲਰੇਡੀ ਕਿੰਨੀਆਂ ਕੰਪਨੀਆਂ ਦੇ ਵਿੱਚ, ਜਿੱਦਾਂ ਪੋਲੈਂਡ ਕੰਪਨੀਆਂ ਨੇ ਆਲਰੇਡੀ ਉਹ ਬੰਦੇ ਹਾਇਰ ਕਰਦੇ ਨੇ। ਅਤੇ ਬਾਕੀ ਜਿਹੜੇ ਸਕਿਉਰਟੀ ਦੇ ਵਿੱਚ ਕੰਮ ਕਰਦੇ ਨੇ, ਸਕਿਉਰਟੀ ਦੇ ਵਿੱਚ ਕਿੰਨੀਆਂ ਕੰਪਨੀਆਂ ਹੈਗੀਆਂ, ਜਿੱਦਾਂ ਸਕਿਉਰਟੀ ਦੇ ਵਿੱਚ ਅਪਲਿਓਨਾ ਸਕਿਉਰਟੀ ਐਂਡ ਸਰਵਿਸ ਹੈਗੀ ਹੈ ਤੁਹਾਡੇ ਕੋਲ, BFS ਵੀ ਇੱਥੇ ਜਿੱਦਾਂ ਵੀ ਜਿੱਦਾਂ WU ਹੈ ਨਾ, WU ਐਂਡ F ਸਕਿਉਰਟੀ ਹੈਗੀ ਹੈ ਤੁਹਾਡੇ ਕੋਲ, ਵੀਜ਼ਾ ਹੈਗੀ ਹੈ ਤੁਹਾਡੇ ਕੋਲ ਸਕਿਉਰਟੀ ਵਾਸਤੇ, ਉਹ ਸਕਿਉਰਿਟਾਸ ਹੈਗੀ ਹੈ ਤੁਹਾਡੇ ਕੋਲ ਸਕਿਉਰਟੀ ਦੇ ਬੰਦੇ ਹਾਇਰ ਕਰਨ ਵਾਸਤੇ, ਕਿੰਨੀਆਂ ਕੰਪਨੀਆਂ ਜਿਹੜੀਆਂ ਬੰਦੇ ਹਾਇਰ ਕਰਦੀਆਂ ਨੇ। ਬਾਕੀ ਡਰਾਈਵਰ ਵਾਸਤੇ ਜਿਹਦੇ ਕੋਲ ਵੱਡਾ ਲਾਇਸੈਂਸ ਹੈਗਾ, ਉਹਨਾਂ ਵਾਸਤੇ ਜਿਹੜੀਆਂ ਵੱਡੀਆਂ ਇੱਥੇ ਪ੍ਰੋਡਕਸ਼ਨ ਕੰਪਨੀਆਂ ਹੈਗੀਆਂ ਨੇ, ਜਿੱਦਾਂ ਜਿਹੜੇ ਸਪਲਾਈ ਕਰਦੀਆਂ ਨੇ ਮਾਲ ਨੂੰ ਨਾ, ਜਿੱਦਾਂ
ਜਿਨ੍ਹਾਂ ਦੇ ਪੀਜ਼ੇ ਹੈਗੇ ਨੇ ਰੈਸਟੋਰੈਂਟ ਦੇ ਵਿੱਚ ਮਾਲ ਸਪਲਾਈ ਕੀਤਾ ਜਾਂਦਾ, ਉਹਨਾਂ ਕੋਲ ਆਲਰੇਡੀ ਲਾਇਸੈਂਸ ਵੱਡੇ ਟਰੱਕਾਂ ਦਾ ਜਿਹੜਾ ਕੋਈ, ਉਹਨਾਂ ਨੂੰ ਹਾਇਰ ਕੀਤਾ ਜਾਂਦਾ ਬਿਨਾਂ ਲੈਂਗੁਏਜ ਦੇ ਵਿੱਚ। ਮਤਲਬ ਕਿ ਲੈਂਗੁਏਜ ਤੁਹਾਨੂੰ ਕੰਪਲਸਰੀ ਨਹੀਂ ਹੈਗੀ, ਪਰ ਤੁਹਾਨੂੰ ਇੰਗਲਿਸ਼ ਮਾੜੀ ਮੋਟੀ ਸਮਝ ਆਉਣੀ ਚਾਹੀਦੀ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਰਾਹ ਕਿੱਦਾਂ ਜਾਣਾ। ਨੈਵੀਗੇਸ਼ਨ ਤੁਹਾਡੇ ਕੋਲ ਲੱਗੇ ਹੁੰਦੇ, ਟਰੱਕ ਵੀ ਤੁਹਾਨੂੰ ਦਿੰਦੇ ਨੇ, ਆਲਰੇਡੀ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਵਾਸਤੇ ਨਾ। ਅਤੇ ਬਾਕੀ ਮੇਰਾ ਅਪਲਾਈ ਕਿੱਦਾਂ ਕਰਨਾ ਤੁਸੀਂ ਉਹਦੇ ਵਾਸਤੇ, ਜਿਹੜੇ ਤੁਹਾਨੂੰ ਇੱਧਰੋਂ ਡਾਕੂਮੈਂਟ ਚਾਹੀਦੇ ਨੇ, ਇੱਧਰੋਂ ਜੇ ਤੁਸੀਂ ਕੰਪਨੀ ਦੇ ਵਿੱਚ ਅਪਲਾਈ ਕਰਦੇ ਹੋ, ਤੁਹਾਨੂੰ ਪਹਿਲਾਂ ਇੱਕ ਉਹਦਾ ਇੰਟਰਵਿਊ ਤੁਹਾਨੂੰ ਦੇਣੀ ਪੈਂਦੀ, ਇੰਟਰਵਿਊ ਪਾਸ ਹੁੰਦੇ ਹੋ, ਇੱਧਰੋਂ ਤੁਹਾਨੂੰ ਚਾਹੀਦਾ ਇੱਕ ਅਪਰੂਵਲ ਲੈਟਰ ਕੰਪਨੀ ਦੇ ਵਿੱਚੋਂ ਕਿ ਅਪਰੂਵ ਕਰਕੇ ਦੇ ਕੇ ਹਾਂ ਤੁਹਾਡੇ ਵਾਸਤੇ ਜਗ੍ਹਾ ਹੈਗੀ ਹੈ, ਮੈਂ ਤੁਹਾਨੂੰ ਬੰਦਾ ਰੱਖਣਾ ਚਾਹੁੰਦਾ ਵਾਂ। ਅਤੇ ਸੈਕਿੰਡ ਹੈਗਾ ਕੰਮ ਦਾ ਫਤਰਾਕ, ਦੂਜਾ ਕੰਮ ਦਾ ਫਤਰਾਕ ਕਿ ਤੁਹਾਡੇ ਕੋਲ ਕੰਮ ਦਾ ਫਤਰਾਕ ਹੋਣਾ ਚਾਹੀਦਾ, ਤੀਜਾ ਇੱਕ ਤੁਹਾਡੇ ਕੋਲ ਪਰਮਿਸ਼ਨ ਆਫ ਵਰਕ ਦੀ ਹੋਣੀ ਚਾਹੀਦੀ ਜਿਹਨੂੰ ਕਹਿੰਦੇ ਅਕਲੇਰਿੰਗ ਸੁਮ ਬਿਸ਼ੈਫਤੀਕੁੰਗ, ਚੌਥਾ ਹੈਗਾ ਤੁਹਾਡੇ ਕੋਲ ਅਕਲੇਰਿੰਗ ਸੁਮ ਬਿਸ਼ੈਫਤੀਕੁੰਗ ਦੇ ਨਾਲ ਇੱਕ ਪੇਪਰ ਆਉਂਦਾ ਸੂਸਤ ਆਇਨ ਆ ਕਹਿੰਦੇ ਉਹਨੂੰ, ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਇਹ ਚਾਰ ਪੇਪਰ ਚਾਹੀਦੇ ਤੁਹਾਨੂੰ ਤੁਹਾਡੇ ਮਾਲਕ ਤੋਂ, ਅਤੇ ਚਾਰ ਪੇਪਰ ਤੁਹਾਡੇ ਮਾਲਕ ਤੋਂ ਤੁਹਾਨੂੰ ਚਾਹੀਦੇ ਨੇ, ਅਤੇ ਫਿਰ ਜਾ ਕੇ ਤੁਹਾਨੂੰ ਆਪਣੀ ਫਾਈਲ ਪੂਰੀ ਤੁਸੀਂ ਸਬਮਿਟ ਕਰਵਾ ਸਕਦੇ ਹੋ ਆਲਰੇਡੀ ਨਾ। ਅਤੇ ਹਮੇਸ਼ਾ ਖਿਆਲ ਰੱਖੋ ਕਿ ਜਿਹੜਾ ਵੀ ਤੁਸੀਂ ਆਪਣੇ ਕੰਮ ਦੇ ਮਾਲਕ ਨਾਲ ਕੰਟਰੈਕਟ ਕਰਨਾ, ਅਤੇ ਪਹਿਲਾਂ ਉਹਦੇ ਨਾਲ ਇੰਟਰਵਿਊ ਗੱਲਬਾਤ ਕਰਕੇ, ਅਤੇ ਉਹਨੂੰ ਵੀ ਇੱਕ ਵਾਰੀ ਜ਼ਰੂਰ ਖਿਆਲ ਨਾਲ ਪੁੱਛੋ ਕਿ ਮੇਰੀ ਰਹਿਣ ਦੀ ਜਗ੍ਹਾ ਤੁਸੀਂ ਲੱਭ ਸਕਦੇ ਹੋ। ਜੇ ਰਹਿਣ ਦੀ ਜਗ੍ਹਾ ਤੁਹਾਡਾ ਕੋਈ ਯਾਰ ਦੋਸਤ ਹੈਗਾ ਉਹਦੇ ਲਈ ਤਾਂ ਬਹੁਤ ਵਧੀਆ ਗੱਲ ਹੈ, ਜਾਂ ਜਿਹਦੇ ਕੋਈ ਰਿਸ਼ਤੇਦਾਰ ਹੈਗੇ ਨੇ ਨਾ, ਜਿਹਦਾ ਕੋਈ ਨਹੀਂ ਹੈਗਾ ਤਾਂ ਉਹ ਪਲੀਜ਼ ਮੇਰਾ ਭੈਣ ਭਰਾ ਜਾ ਕੇ ਪਹਿਲਾਂ ਉਹ ਬੰਦੇ ਨਾਲ ਹੀ ਗੱਲ ਕਰ ਲਏ, ਉਹ ਹੋ ਸਕਦਾ ਤੁਹਾਡੇ ਮਾਲਕ ਉਹ ਤੁਹਾਡੀ ਹੈਲਪ ਕਰ ਸਕੇ, ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਕੋਲ ਆਲਰੇਡੀ ਬੰਦੇ ਹੁੰਦੇ ਨੇ, ਉਹਨਾਂ ਕੋਲ ਆਲਰੇਡੀ ਘਰ ਹੁੰਦੇ ਨੇ, ਉਹ ਤੁਹਾਨੂੰ ਆਲਰੇਡੀ ਸ਼ਿਫਟ ਕਰਵਾ ਦਿੰਦੇ ਨੇ ਛੋਟੇ ਮੋਟੀਆਂ ਛੋਟੇ ਮੋਟੇ ਘਰ ਦੇ ਵਿੱਚ ਨਾ। ਬਾਕੀ ਮੈਂ ਬਾਕੀ ਜਿਹੜੇ ਕਿੱਦਾਂ ਅਪਲਾਈ ਕਰਨਾ ਤੁਸੀਂ ਨਾ, ਕਿੱਥੇ ਤੁਸੀਂ ਜਾ ਕੇ ਪਹਿਲਾਂ ਜੋਬ ਲੱਭਣੀ, ਪਹਿਲਾਂ ਤਾਂ ਤੁਸੀਂ ਆਪਣਾ CV ਤਿਆਰ ਕਰਨਾ, ਵਧੀਆ ਜਿਹਾ ਇੱਕ CV ਤਿਆਰ ਕਰਕੇ ਇੱਕ ਮੋਟੀਵੇਸ਼ਨ ਲੈਟਰ ਤਿਆਰ ਕਰਨਾ, ਜਿਹਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਜੇ ਤੁਸੀਂ ਪ੍ਰੋਫੈਸ਼ਨਲ ਤਿਆਰ ਕਰੋਗੇ। ਮੈਂ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣਾ CV ਅਤੇ ਆਪਣਾ ਮੋਟੀਵੇਸ਼ਨ ਲੈਟਰ ਪ੍ਰੋਫੈਸ਼ਨਲ ਲਿਖੋ, ਪ੍ਰੋਫੈਸ਼ਨਲ ਬਣਾਓ, ਤਾਂ ਕਿ ਉਹਨਾਂ ਦੇ ਆਟੋਮੈਟਿਕਲੀ ਵਧੀਆ ਇੰਪ੍ਰੈਸ਼ਨ ਪੈ ਸਕੇ। ਹੁਣ ਤੁਸੀਂ ਜੇ ਨੋਰਮਲੀ ਉਹਨਾਂ ਨੂੰ ਸੈਂਡ ਕਰ ਦੇਣਾ ਜਿਹਦੇ ਵਿੱਚ ਕੋਈ ਫਰਕ ਹੀ ਨਹੀਂ ਪਤਾ ਲੱਗਦਾ, ਨੋਰਮਲ ਤੁਸੀਂ ਵਰਡ ਤੋਂ ਚੱਕਿਆ ਅਤੇ ਕਾਪੀ ਪੇਸਟ ਕਰਕੇ ਸੈਂਡ ਕਰਤਾ, ਉਹਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜਰਮਨ ਦੇ ਵਿੱਚ ਜਿੰਨੇ ਵੀ ਅਪਲਾਈ ਕਰਦੇ ਨੇ ਸਾਰਿਆਂ ਨੂੰ ਪਤਾ, ਸਕੂਲਾਂ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਜਰਮਨ ਦੇ ਵਿੱਚ ਕਿ ਤੁਸੀਂ ਆਪਣਾ ਕਵਰ ਜਿਹੜਾ ਲੈਟਰ ਕਿੱਦਾਂ ਬਣਾਉਣਾ ਅਤੇ ਆਪਣਾ CV ਕਿੱਦਾਂ ਤਿਆਰ ਕਰਨਾ ਤੁਸੀਂ ਨਾ। ਅਤੇ ਉਹ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਤਾਂ ਕਰਕੇ ਦੱਸ ਦਿੰਦਾ ਕਿ ਉਹ ਬਹੁਤ ਮੈਟਰ ਕਰਦਾ ਤੁਹਾਡੇ 'ਤੇ, ਤੁਸੀਂ ਆਪਣੀ ਵਧੀਆ ਜਿਹੀ ਫੋਟੋ ਲਗਾਉਣੀ, ਕੋਈ ਵੀ ਫੋਟੋ ਆਪਣੀ ਟੀਸ਼ਰਟ ਦੇ ਵਿੱਚ ਜੇ ਲਗਾਉਣੀ, ਸਿੰਪਲ ਟੀਸ਼ਰਟ ਹੋਣੀ ਚਾਹੀਦੀ, ਪਿੱਛੇ ਬੈਕਗਰਾਊਂਡ ਹਮੇਸ਼ਾ ਵਾਈਟ ਹੋਏ ਜਾਂ ਬਲੈਕ ਹੋਏ, ਥੋੜ੍ਹੀ ਨੋਰਮਲ ਕੋਈ ਵੀ ਪਲੇਨ ਬੈਕਗਰਾਊਂਡ ਹੋਏ, ਤੁਹਾਡੀ ਫੋਟੋ ਵਧੀਆ ਆਏ ਨਾ, ਫੋਟੋ ਹਾਈ ਕੁਆਲਿਟੀ ਦੇ ਵਿੱਚ ਲਗਾਈ ਜਾਏ, ਕੋਈ ਵੀ ਟੇਢੀ ਮੇਢੀ ਫੋਟੋ ਨਾ ਲਗਾਈ ਜਾਏ ਪਲੀਜ਼। ਤੁਹਾਨੂੰ ਬੇਨਤੀ ਹੈ, ਮੈਂ ਕਿੰਨੇ CV ਰੋਜ਼ ਦੇਖਦਾ ਵਾਂ ਜਿਹਦੇ ਵਿੱਚ ਫੋਟੋਆਂ ਹੀ ਗਲਤ ਹੁੰਦੀਆਂ ਨੇ ਅਤੇ CV ਕਈਆਂ ਨੇ ਵਧੀਆ ਬਣਾਇਆ ਹੁੰਦਾ ਆਲਰੇਡੀ। ਅਤੇ ਹੁਣ ਚਲੋ ਚੱਲਦੇ ਹਾਂ, ਤੁਸੀਂ ਕਿੱਦਾਂ ਕਰ ਸਕਦੇ ਹੋ ਅਪਲਾਈ, ਤੁਹਾਨੂੰ ਮੈਂ ਲੈ ਕੇ ਚੱਲਦਾ ਵੈਬਸਾਈਟ ਦੇ ਉੱਤੇ, ਅਤੇ ਵੈਬਸਾਈਟ ਦੇ ਉੱਤੇ ਜਾ ਕੇ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਕਿੱਥੇ ਜਾ ਕੇ ਅਪਲਾਈ ਕਰ ਸਕਦੇ ਹੋ। ਮਿਲਦੇ ਹਾਂ ਤੁਹਾਨੂੰ ਫਿਰ ਕੰਪਿਊਟਰ ਦੀ ਸਕਰੀਨ ਦੇ ਉੱਤੇ, ਆ ਜਾਓ। ਸੋ ਤੁਸੀਂ ਆ ਗਏ ਹੋ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ, ਚਲੋ ਚਲਦੇ ਹਾਂ ਲੈ ਕੇ ਤੁਹਾਨੂੰ ਤੁਸੀਂ ਕਿੱਦਾਂ ਕਰ ਸਕਦੇ ਹੋ ਅਪਲਾਈ, ਕਿਸੇ ਵੀ ਤੁਸੀਂ ਕੈਟਾਗਰੀ ਦੇ ਵਿੱਚ ਅਪਲਾਈ ਕਰਨਾ, ਕਿੱਦਾਂ ਤੁਸੀਂ ਅਪਲਾਈ ਕਰਨਾ। ਇਹ ਮੇਰੀ ਆ ਹੋਮ ਸਕਰੀਨ, ਤੁਸੀਂ ਜਾਓ ਕੋਈ ਵੀ ਤੁਸੀਂ ਬਰਾਊਜ਼ਰ ਜਿਹੜਾ ਯੂਜ਼ ਕਰਦੇ ਹੋ ਤੁਸੀਂ ਆਲਰੇਡੀ ਕਰ ਸਕਦੇ ਹੋ। ਇਹ ਮੇਰਾ ਐਂਟੀਵਾਇਰਸ ਸੀ ਅਤੇ ਸਾਈਨ ਆਊਟ ਮੈਂ ਓਪਨ ਕਰ ਦਿੰਦਾ ਵਾਂ। ਆ ਤੁਸੀਂ ਦੇਖ ਸਕਦੇ ਹੋ ਹੁਣ ਆਲਰੇਡੀ ਮੈਂ ਇੱਥੇ ਜਿਹੜਾ ਸਰਚ ਕੀਤਾ ਆਲਰੇਡੀ, ਤੁਸੀਂ ਲਿਖਣਾ ਸਿਰਫ ਇੰਨਾ ਹੀ ਆ, ਮੇਕ ਇਟ ਇਨ ਜਰਮਨੀ ਜੋਬ, ਮੇਕ ਇਟ ਇਨ ਜਰਮਨੀ ਜਿਹੜਾ ਹੈਗਾ ਇਹ ਸਪੈਸ਼ਲ ਵੈਬਸਾਈਟ ਬਣਾਈ ਹੈਗੀ ਆ ਉਹਨਾਂ ਵਾਸਤੇ ਜਿਹੜੇ ਬਾਹਰੋਂ ਆਉਣਾ ਚਾਹੁੰਦੇ ਆ, ਜਿੱਦਾਂ ਇੰਡੀਆ ਤੋਂ ਆਉਣਾ ਚਾਹੁੰਦੇ ਆ ਜਾਂ ਕਿਸੇ ਬੰਗਲਾਦੇਸ਼ ਤੋਂ, ਜਿਹੜੇ ਪਾਕਿਸਤਾਨ ਤੋਂ ਜਾਂ ਕੋਲ ਕੰਟਰੀ ਤੋਂ, ਕੋਈ ਵੀ ਆਊਟ ਆਫ
ਯੂਰੋਪ ਤੋਂ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਨਾ, ਭਾਵੇਂ ਤੁਸੀਂ ਉੱਥੇ ਜੋਬ ਕਰਦੇ ਹੋ, ਭਾਵੇਂ ਉੱਥੇ ਤੁਹਾਡੇ ਕੋਲ TRC ਕਾਰਡ ਹੋਏ, ਭਾਵੇਂ ਕੁਛ ਵੀ ਹੋਏ, ਇਹ ਉਹਨਾਂ ਵਾਸਤੇ ਹੈ ਸਪੈਸ਼ਲ, ਇਹ ਉਹਨਾਂ ਵਾਸਤੇ ਸਪੈਸ਼ਲ ਵੈਬਸਾਈਟ ਬਣਾਈ ਗਈ ਹੈ, ਸਾਰਾ ਕੁਝ ਦੱਸਿਆ ਜਾਂਦਾ ਇਹਦੇ ਵਿੱਚ। ਤੁਸੀਂ ਜਦੋਂ ਇੱਦਾਂ ਸਰਚ ਕਰੋਗੇ ਨਾ, ਲਿਖ ਕੇ ਜੋਬ ਤੁਸੀਂ ਲਿਖੋਗੇ ਮੇਕ ਇਟ ਇਨ ਜਰਮਨੀ ਜੋਬ, ਅਤੇ ਉੱਥੇ ਆ ਜਾਏਗਾ ਜੋਬ ਲਿਸਟਿੰਗ। ਜੋਬ ਲਿਸਟਿੰਗ ਦੇ ਵਿੱਚ ਜਾ ਕੇ ਤੁਸੀਂ ਆਲਰੇਡੀ ਇੱਥੇ ਕਲਿੱਕ ਕਰ ਸਕਦੇ ਹੋ। ਇੱਕ ਤਾਂ ਮੈਨੂੰ ਜਿਹੜਾ ਆਲਰੇਡੀ ਰਹਿ ਕਹਿੰਦਾ ਨਾ, ਮੈਨੂੰ ਘਟਾਉਣਾ ਪੈਣਾ, ਮੈਂ ਕਿੰਨੀ ਵਾਰੀ ਯੂਜ਼ ਕਰਦਾ, ਉਹਦੇ ਲਈ ਮੈਂ ਤੁਹਾਡੇ ਤੋਂ ਪਹਿਲਾਂ ਮਾਫ਼ੀ ਮੰਗ ਲੈਂਦਾ। ਅਤੇ ਤੁਸੀਂ ਆ ਜਾਓ ਥੱਲੇ, ਇੱਥੇ ਸੈਕਟਰ ਤੁਸੀਂ ਯੂਜ਼ ਕਰ ਸਕਦੇ, ਕਿਹੜੇ ਸੈਕਟਰ ਦੇ ਵਿੱਚ ਤੁਸੀਂ ਜੋਬ ਕਰਨਾ ਚਾਹੁੰਦੇ ਹੋ ਤੁਸੀਂ ਨਾ, ਇਹਦੇ ਵਿੱਚ ਦੇਖ ਸਕਦੇ ਹੋ ਓਕੂਪੇਸ਼ਨ ਇਨ ਟ੍ਰੈਫਿਕ, ਲੋਜਿਸਟਿਕ, ਸੇਫਟੀ ਐਂਡ ਸਿਕਿਉਰਿਟੀ। ਜੇ ਤੁਸੀਂ ਮਤਲਬ ਕਿ ਡਰਾਈਵਰੀ ਦੇ ਵਿੱਚ ਜੋਬ ਕਰਨੀ, ਜਾਂ ਲੋਜਿਸਟਿਕ ਦੇ ਵਿੱਚ, ਜਾਂ ਸਿਕਿਉਰਿਟੀ ਦੇ ਵਿੱਚ ਜੋਬ ਕਰਨੀ, ਫਿਰ ਇਹਦੇ ਵਿੱਚ ਆਹ ਸੈਕਟਰ ਦੇ ਵਿੱਚ ਕਿੰਨੀਆਂ ਜੋਬਾਂ, ਦੇਖੋ 1417 ਜੋਬਾਂ ਪਈਆਂ ਨੇ ਆਲਰੇਡੀ ਤੁਹਾਡੇ ਵਾਸਤੇ ਪਈਆਂ ਨੇ ਨਾ। ਬਾਕੀ ਐਗਰੀਕਲਚਰ ਦੇ ਵਿੱਚ ਵੀ ਹੈਗਾ, ਫੋਰੈਸਟਰੀ ਵਾਸਤੇ ਵੀ ਹੈਗਾ, ਫਾਰਮਿੰਗ ਵਾਸਤੇ ਵੀ ਹੈਗਾ, ਗਾਰਡਨਰ ਵਾਸਤੇ ਵੀ ਹੈਗਾ, ਤੁਸੀਂ ਦੇਖ ਸਕਦੇ ਹੋ ਸਾਰਿਆਂ ਵਾਸਤੇ। ਓਕੂਪੇਸ਼ਨ ਇਨ ਕੰਸਟਰਕਸ਼ਨ ਵਾਸਤੇ ਵੀ ਹੈਗਾ, ਦੇਖ ਲਓ ਕੰਸਟਰਕਸ਼ਨ ਵਾਸਤੇ ਵੀ ਸਾਰਾ ਕੁਝ ਦੱਸਿਆ ਪਿਆ। ਟੈਕਨੀਕਲ ਬਿਲਡਿੰਗ ਸਰਵੇ ਕਰਨ ਵਾਸਤੇ ਵੀ, ਹੈਲਥ ਐਜੂਕੇਸ਼ਨ ਵਾਸਤੇ ਵੀ ਹੈਗਾ, ਟੀਚਿੰਗ ਐਂਡ ਐਜੂਕੇਸ਼ਨ ਵਾਸਤੇ ਸੈਕਟਰ ਦੇ ਵਿੱਚ, ਸੋਸ਼ਲ ਟੈਕ। ਤੁਸੀਂ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕੀ ਅਪਲਾਈ ਕਰਨਾ ਚਾਹੁੰਦੇ ਹੋ। ਹੁਣ ਤੁਹਾਡੇ ਸਾਹਮਣੇ ਦੇਖੋ ਹੈਲਥ ਦੇ ਵਿੱਚ, ਜਾਂ ਟੀਚਰ ਦੇ ਵਿੱਚ, ਜਾਂ ਐਜੂਕੇਸ਼ਨ ਦੇ ਵਿੱਚ, ਹੈਲਥ ਕੇਅਰ ਸੈਕਟਰ ਦੇ ਵਿੱਚ ਕਿੰਨੀਆਂ ਜੋਬਾਂ ਫ੍ਰੀ ਪਈਆਂ ਨੇ। ਉੱਥੇ ਬੰਦੇ ਨਹੀਂ ਹੈਗੇ ਉਹਨਾਂ ਕੋਲ ਜਿਹੜੇ ਇੱਥੇ ਕੇਅਰ ਟੇਕਰ ਕਰਨ ਵਾਲੇ ਨਾ, ਜਿਹੜੇ ਮਤਲਬ ਕਿ ਓਲਡ ਹੋਮ ਜਿਹੜੇ ਹੈਗੇ ਨੇ, ਉਹਨਾਂ ਨੂੰ ਬੰਦਿਆਂ ਦੀ ਲੋੜ ਹੀ ਬੜੀ ਆ। ਪਰ ਚੱਕਰ ਉਹਦੇ ਵਿੱਚ ਉਹ ਹੈ ਕਿ ਉਹਦੇ ਵਿੱਚ ਥੋੜ੍ਹੀ ਲੈਂਗੁਏਜ ਦਾ ਸਕਿੱਲ ਮੰਗਿਆ ਜਾਂਦਾ ਤੁਹਾਡੇ ਕੋਲ, ਤਾਂ ਕਰਕੇ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਨਾ। ਬਾਕੀ ਚਲੋ ਚਲਦੇ ਹਾਂ, ਅਸੀਂ ਆਹ ਸੈਕਟਰ ਦੇ ਵਿੱਚ ਅਸੀਂ ਅਪਲਾਈ ਕਰਨਾ, ਅਸੀਂ ਚੱਲਦੇ ਹਾਂ ਆਹ ਸੈਕਟਰ ਦੇ ਵਿੱਚ ਅਪਲਾਈ। ਅੱਛਾ, ਇਹਦੇ ਵਿੱਚ ਆ ਗਏ ਆਲਰੇਡੀ, ਤੁਸੀਂ ਦੇਖ ਸਕਦੇ ਹੋ ਬੱਸ ਡਰਾਈਵਰ ਚਾਹੀਦੇ ਇਹਨਾਂ ਨੂੰ, ਉਹ ਦੇਖ ਲਓ। ਹੁਣ ਤੁਹਾਡੇ ਸਾਹਮਣੇ ਇੱਥੇ ਜਿਹੜੇ ਜਿਹੜੇ ਵੀ ਤੁਸੀਂ ਦੇਖ ਸਕਦੇ ਹੋ, ਤੁਸੀਂ ਇੱਥੇ ਭਰ ਦੇਣਾ ਕਿਹੜਾ ਕੰਮ, ਡਰਾਈਵਰ। ਹੁਣ ਤੁਸੀਂ ਜਿਹਨਾਂ ਡਰਾਈਵਰ ਲਈ ਜੋਬ ਲੱਭਣੀ, ਆ ਸਾਰੇ ਡਰਾਈਵਰ ਆ ਗਿਆ, ਦੇਖ ਲਓ ਪ੍ਰੋਫੈਸ਼ਨਲ ਡਰਾਈਵਰ ਤੁਸੀਂ ਅਪਲਾਈ ਕਰਨਾ, ਬੱਸ ਡਰਾਈਵਰ, ਪ੍ਰੋਫੈਸ਼ਨਲ ਡਰਾਈਵਰ, ਪ੍ਰੋਫੈਸ਼ਨਲ। ਆ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਹੈਗੇ ਨਾ, ਇਹਨਾਂ ਵਾਸਤੇ ਉਹ ਹੈ ਕਿ ਇਹ ਉਹ ਕੰਪਨੀਆਂ ਨੇ ਜਿੱਦਾਂ LTG ਕੰਪਨੀਆਂ ਨਾ, ਇਹ ਉਹ ਕੰਪਨੀਆਂ ਨੇ ਜਿੱਦਾਂ ਖਾਣਾ ਸਪਲਾਈ ਕਰਦੀਆਂ ਕਿਸੇ ਨੂੰ, ਫੂਡ ਸਪਲਾਈ ਕਰਦੀਆਂ। ਜਿੱਦਾਂ ਕਹਿੰਦੇ ਨੇ ਨਾ ਕਿ ਬਰਫ਼ ਵਾਲੇ ਤੁਹਾਡੇ ਕੰਟੇਨਰ ਹੁੰਦੇ ਜਿਹਦੇ ਵਿੱਚ ਤੁਸੀਂ ਫੂਡ ਰੱਖਦੇ ਹੋ, ਉਹਨਾਂ ਨੂੰ ਅਪਲਾਈ ਕਰਨਾ ਹੁੰਦਾ। ਉਹ ਜਿਹੜੇ ਨੇ ਆ ਜਿਹੜੇ ਕੰਪਨੀਆਂ ਵੱਡੀਆਂ ਵੱਡੀਆਂ, ਦੇਖੋ ਕਿੰਨੇ ਉਹਨਾਂ ਲਿਖੇ ਨੇ ਪ੍ਰੋਫੈਸ਼ਨਲ ਡਰਾਈਵਰ। ਤੁਸੀਂ ਇੱਥੇ ਵਿਊ ਡਿਟੇਲ 'ਤੇ ਜਾਣਾ, ਵਿਊ ਡਿਟੇਲ 'ਤੇ ਉਹਨਾਂ ਨੇ ਆਲਰੇਡੀ ਤੁਹਾਨੂੰ ਦੱਸਿਆ ਪਿਆ, ਆਹ ਦੇਖ ਲਓ ਕੰਪਨੀ ਦਾ ਨਾਂ ਦੱਸਿਆ ਪਿਆ ਤੁਹਾਨੂੰ, ਫੁੱਲ ਟਾਈਮ ਵਰਕ ਦੱਸਿਆ ਪਿਆ, ਵਰਕ ਕਿੱਥੇ ਆ, ਬਰਲੀਨ ਦੇ ਵਿੱਚ ਹੈਗਾ, ਕੰਪਨੀ ਸਾਈਜ਼ ਦੱਸਿਆ ਪਿਆ, ਇੰਪਲੋਇਮੈਂਟ ਓਪਨ ਐਂਡ ਐਂਡ ਹੈਗਾ ਕੰਟਰੈਕਟ, ਅਤੇ 12 ਜੁਲਾਈ ਤੋਂ ਉਹਨਾਂ ਨੇ ਦਿੱਤਾ ਹੈ, 12 ਜੁਲਾਈ ਤੋਂ ਉਹਨਾਂ ਨੇ ਕੰਮ ਦੀ ਜਿਹੜੀ ਹੈ ਇਹ ਪਾਇਆ ਹੋਇਆ ਕਿ ਸਾਨੂੰ ਬੰਦਾ ਬੰਦਾ ਚਾਹੀਦਾ। ਅਤੇ ਇਹਦੇ ਵਿੱਚ ਹੁਣ ਆਲਰੇਡੀ ਮੈਂ ਤੁਹਾਨੂੰ ਇਹ ਜਰਮਨ ਦੇ ਵਿੱਚ ਲਿਖਿਆ ਹੈਗਾ, ਪਰ ਇਹਨਾਂ ਨੂੰ ਤੁਸੀਂ ਕਨਵਰਟ ਕਰ ਸਕਦੇ ਹੋ। ਹੁਣ ਮੈਨੂੰ ਲੱਗਦਾ ਇੱਥੇ ਲੈਂਗੁਏਜ ਜਿਹੜਾ ਉਹਨਾਂ ਨੇ ਉਹ ਹੈ, ਉਹ ਲੈਂਗੁਏਜ ਇੰਗਲਿਸ਼, ਮੈਂ ਇੰਗਲਿਸ਼ ਇੱਥੇ ਚੂਜ਼ ਕੀਤੀ ਹੈ, ਪਰ ਉਹਨਾਂ ਦਾ ਜਿਹੜਾ ਜਰਮਨ ਦੇ ਵਿੱਚ ਆਉਂਦਾ ਪਿਆ ਟ੍ਰਾਂਸਲੇਟ ਨਾ, ਤੁਸੀਂ ਐਜ਼ ਏ ਬਰੋਜ਼ਰ ਦੇ ਵਿੱਚ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਮੈਂ ਇੱਥੇ ਲਿਖਿਆ, ਮੈਂ ਤੁਹਾਨੂੰ ਦੱਸ ਦਿੰਦਾ ਆਲਰੇਡੀ ਜਿਹੜਾ ਲਿਖਿਆ, ਜਿਹੜੀ ਤੁਹਾਡੀ ਪ੍ਰੋਫਾਈਲ ਹੈਗੀ ਆ, ਆਹ ਦੇਖ ਲਓ ਤੁਹਾਡੇ ਕੋਲ ਜਿਹੜਾ ਲਾਇਸੈਂਸ ਹੋਣਾ ਚਾਹੀਦਾ, ਜਾਂ ਸੀ ਹੋਣਾ ਚਾਹੀਦਾ, ਜਾਂ CE ਹੋਣਾ ਚਾਹੀਦਾ, ਆਹ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ। ਅਤੇ ਤੁਹਾਡੇ ਕੋਲ ਇੱਕ ਜਿਹੜਾ ਤੁਹਾਡੇ ਕੋਲ ਲਾਇਸੈਂਸ ਹੈਗਾ ਉਹ ਵੈਲਿਡ ਹੋਣਾ ਚਾਹੀਦਾ। ਅਤੇ ਤੁਸੀਂ ਤੁਹਾਨੂੰ ਇਹ ਟਰੈਕਿੰਗ ਕਰਨ ਦੇ ਵਿੱਚ, ਡਰਾਈਵਿੰਗ ਕਰਨ ਦੇ ਵਿੱਚ ਤੁਹਾਡਾ
ਸਕਿੱਲ ਵਧੀਆ ਹੋਣੀ ਚਾਹੀਦੀ, ਇਹਦਾ ਤੁਹਾਡਾ ਮਜ਼ਾ ਆਉਂਦਾ ਹੋਣਾ ਚਾਹੀਦਾ। ਇਹ ਨਹੀਂ ਕਿ ਮਤਲਬ ਕਿ ਤੁਸੀਂ ਸਿਰਫ ਮੂਵ ਹੋਣ ਵਾਸਤੇ ਇੱਥੇ ਮੂਵ ਕਰ ਜਾਓ, ਬਾਅਦ ਨੂੰ ਕੰਪਨੀ ਛੱਡ ਕੇ ਚੱਲ ਜਾਓ। ਮਤਲਬ ਕਿ ਤੁਹਾਡਾ ਵੀ ਇੰਟਰਸਟ ਹੋਣਾ ਚਾਹੀਦਾ ਕੰਮ ਕਰਨ ਦੇ ਵਿੱਚ ਨਾ, ਉਹਦੇ ਤਾਂ ਕਰਕੇ ਉਹਨਾਂ ਲਿਖਿਆ ਜਿਹੜਾ ਇੱਥੇ ਲਿਖਿਆ ਵੀ ਬੀਤਨ, ਇਹਦਾ ਮਤਲਬ ਕਿ ਜੋ ਤੁਹਾਨੂੰ ਆਫਰ ਦਿੰਦੇ ਪਏ ਨੇ ਉਨ ਬਫਰਿਸਤ ਹੁਕਮਫਤੀਗਾ ਬਸ, ਮਤਲਬ ਕਿ ਜਿਹੜਾ ਤੁਹਾਨੂੰ ਪਹਿਲਾਂ ਹੀ ਉਹ ਜਿਹੜਾ ਉਨ ਬਫਰਿਸਤ ਫਤਰਾਕ ਹੁੰਦਾ, ਖੁੱਲ੍ਹਾ ਖੁੱਲ੍ਹਾ ਕੰਟਰੈਕਟ ਦਿੰਦੇ ਪਏ ਨੇ, ਜਿਹਦੇ ਕਰਕੇ ਤੁਹਾਡੇ ਕੰਮ ਦੀ ਸਪੇਸ ਹੈ ਜਿਹੜੀ ਉਹ ਬਿਲਕੁਲ ਸਹੀ ਰਹੇਗੀ। ਜਿਹੜਾ ਜੋ ਵੀ ਹੈਗਾ ਤੁਹਾਡਾ ਖਰਚਾ ਬਣਾ ਕੀਤਾ ਜਾਏਗਾ, ਤੁਹਾਨੂੰ ਜਿਹੜੇ ਤੁਹਾਡੀ ਤਨਖਾਹ ਹੈ ਸੈਲਰੀ ਤੁਹਾਨੂੰ ਆਲਰੇਡੀ ਮਿਲੀ ਜਾਏਗੀ, ਤੁਹਾਨੂੰ ਕੰਮ ਦੇ ਕੱਪੜੇ ਵੀ ਉਹ ਦੇਣਗੇ, ਤੁਹਾਨੂੰ ਜਿਹੜੀ ਫਿਰ ਥੋੜ੍ਹਾ ਜਿੱਦਾਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਨਾ, ਜਿੱਦਾਂ ਸ਼ੋਰੂਮ ਕਰਦੇ ਨੇ ਟ੍ਰੇਨਿੰਗ ਦਿੰਦੇ ਨੇ, ਟ੍ਰੇਨਿੰਗ ਤੁਹਾਨੂੰ ਇੰਟਰਨ ਦੇ ਵਿੱਚ ਦਿੱਤੀ ਜਾਏਗੀ, ਕੋਈ ਦਿੱਕਤ ਨਹੀਂ ਹੈਗੀ। ਅਤੇ ਬਾਕੀ ਹਰ ਇੱਕ ਚੀਜ਼ ਕਮਿਊਨੀਕੇਸ਼ ਹਰ ਇੱਕ ਚੀਜ਼ ਉਹਨਾਂ ਦੇ ਕੰਪਨੀ ਦੇ ਬੰਦੇ ਤੁਹਾਨੂੰ ਪ੍ਰੋਵਾਈਡ ਕਰਨਗੇ। ਅਤੇ ਜੇ ਤੁਸੀਂ ਆਲਰੇਡੀ ਅਪਲਾਈ ਕਰਦੇ ਹੋ, ਉਹਨਾਂ ਨੇ ਸਪੈਸ਼ਲ ਲਿਖਿਆ ਟੈਲੀਫੋਨ ਇੰਟਰਵਿਊ, ਉਹ ਫਸਟ ਲੌਂਗ ਇੰਟਰਵਿਊ ਨਾ, ਮਤਲਬ ਕਿ ਟੈਲੀਫੋਨ ਇੰਟਰਵਿਊ ਵੀ ਹੋ ਸਕਦੀ ਹੈ ਅਤੇ ਵੀਡੀਓ ਕਾਲ 'ਤੇ ਇੰਟਰਵਿਊ ਵੀ ਹੋ ਸਕਦੀ ਹੈ। ਤੁਸੀਂ ਇਹਦੇ ਵਾਸਤੇ ਤੁਸੀਂ ਅਪਲਾਈ ਕਰਨ ਵਾਸਤੇ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਡਾਇਰੈਕਟ ਇੱਥੇ, ਜਾਂ ਕੰਪਨੀ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ, ਜਾਂ ਆਹ ਤੁਹਾਡਾ ਕੰਟੈਕਟ ਪਰਸਨ ਹੈਗਾ, ਜਿਹੜਾ ਕੰਟੈਕਟ ਪਰਸਨ ਜਿਹਨੂੰ ਤੁਸੀਂ ਸਿੱਧਾ ਗੱਲਬਾਤ ਕਰ ਸਕਦੇ ਹੋ, ਤੁਸੀਂ ਈਮੇਲ ਦੇ ਵਿੱਚ ਲਓ, ਈਮੇਲ ਦੇ ਵਿੱਚ ਤੁਸੀਂ ਆਪਣਾ ਸੀਵੀ ਲਗਾਓ, ਆਪਣਾ ਮੋਟੀਵੇਸ਼ਨ ਲੈਟਰ ਲਗਾਓ, ਆਪਣੇ ਕੁਆਲੀਫਿਕੇਸ਼ਨ ਲਗਾਓ, ਆਪਣਾ ਲਾਇਸੈਂਸ ਦੀ ਜੇ ਤੁਹਾਡੇ ਕੋਲ ਲਾਇਸੈਂਸ ਹੈਗਾ, ਜਿਹੜਾ ਲਾਇਸੈਂਸ ਦੀ ਫੋਟੋ ਕਾਪੀ ਲਗਾਓ, ਅਤੇ ਇਹਨਾਂ ਨੂੰ ਤੁਸੀਂ ਸੈਂਡ ਕਰ ਦਿਓ ਇਹ ਈਮੇਲ ਐਡਰੈਸ 'ਤੇ। ਉਹਦੇ ਵਿੱਚ ਈਮੇਲ ਐਡਰੈਸ ਦੇ ਵਿੱਚ ਤੁਸੀਂ ਆਲਰੇਡੀ ਲਿਖਣਾ ਹੈਗਾ ਕਿ ਮੈਂ ਜਿਹੜਾ ਅੰਸ ਹੈਗਾ ਦੇਖਿਆ ਹੈਗਾ ਸੀ, ਮੈਂ ਤੁਹਾਡਾ ਜਿਹੜਾ ਤੁਸੀਂ ਐਡਵਰਟਾਈਜ਼ਮੈਂਟ ਜਿਹੜੀ ਤੁਸੀਂ ਦਿੱਤੀ ਹੈ ਨਾ ਮੇਕ ਇਟ ਜਰਮਨੀ ਦੇ ਵਿੱਚ, ਉਹ ਤਾਂ ਮੈਂ ਦੇਖਿਆ ਸੀ, ਮੈਂ ਇਸ ਲਈ ਆਹ ਵਕੇਸ਼ ਆਹ ਓਕੂਪੇਸ਼ਨ ਵਾਸਤੇ ਮੈਂ ਅਪਲਾਈ ਕਰਨਾ ਚਾਹੁੰਦਾ ਵਾਂ ਆਲਰੇਡੀ, ਅਤੇ ਪੋਜੀਸ਼ਨ ਵਾਸਤੇ ਤਾਂ ਤੁਸੀਂ ਬਸ ਇੰਨੀ ਕੁ ਗੱਲ ਹੈ। ਜੇ ਤੁਸੀਂ ਪ੍ਰਿੰਟਰ ਆਊਟ ਕੱਢ ਕੇ ਰੱਖਣਾ, ਪ੍ਰਿੰਟ ਆਊਟ ਕੱਢ ਕੇ ਵੀ ਰੱਖ ਸਕਦੇ ਹੋ, ਜੇ ਤੁਸੀਂ ਕਿਸੇ ਨਾਲ ਸ਼ੇਅਰ ਕਰਨਾ ਆਪਣੇ ਯਾਰ ਦੋਸਤ ਨਾਲ, ਤੁਸੀਂ ਉਹਨੂੰ ਸ਼ੇਅਰ ਵੀ ਕਰ ਸਕਦੇ ਹੋ, ਜਿਹੜੇ ਯੂਰੋਪ 'ਚ ਜੇ ਵੀਡੀਓ ਦੇਖ ਸਕਦੇ ਹੋ ਉਹ ਸ਼ੇਅਰ ਵੀ ਕਰ ਸਕਦੇ ਹੋ, ਠੀਕ ਹੈ ਜੀ। ਬਾਕੀ ਫਿਰ ਅਸੀਂ ਪਿੱਛੇ ਜਾ ਕੇ ਹੁਣ ਦੇਖਦੇ ਹਾਂ ਸਿਕਿਉਰਿਟੀ ਵਾਲਿਆਂ ਦਾ। ਇਹ ਹੋ ਗਿਆ ਸੀ ਡਰਾਈਵਰ ਵਾਲਿਆਂ ਦਾ ਨਾ, ਹੈਲੋ ਆ ਸਰਵਿਸ ਵਰਕਰ ਪ੍ਰੋਟੈਕਸ਼ਨ ਐਂਡ ਸਿਕਿਉਰਿਟੀ ਆ ਗਿਆ। ਸਿਕਿਉਰਿਟੀ ਵਾਲੇ ਉਹ ਨੇ ਜਿਹੜੇ ਸਿਕਿਉਰਿਟੀ ਨੋਰਮਲ, ਜਿੱਦਾਂ ਬੰਦੇ ਨੂੰ ਨੋਰਮਲ ਟ੍ਰੇਨਿੰਗ ਦੇ ਕੇ ਸਿਕਿਉਰਿਟੀ ਦੇ ਲਗਾਉਣੇ ਹੁੰਦੇ ਉਹਨਾਂ ਨੇ। 53 ਵਕੇਸ਼ਨ ਖਾਲੀ ਹੈਗੀਆਂ ਪੂਰੇ ਜਰਮਨ ਦੇ ਵਿੱਚ, ਕੋਬਲੈਂਸ ਹਾਈਡਲਵਰਗਾ ਦੇ ਲਓ ਲਿਖਿਆ ਹੈਗਾ, ਉਹਨਾਂ ਨੇ ਸਾਰਾ ਕੁਝ ਦੱਸਿਆ ਹੈਗਾ, ਸਪੈਸ਼ਲਿਸਟ ਪ੍ਰੋਟੈਕਸ਼ਨ ਐਂਡ ਸਿਕਿਉਰਿਟੀ ਸਰਵਿਸ, ਸਿਕਿਉਰਿਟੀ ਗਾਰਡ ਆ ਅਤੇ ਸਾਰਾ ਕੁਝ। ਅਤੇ ਜਿਹਨਾਂ ਨੂੰ ਸਿਕਿਉਰਿਟੀ ਗਾਰਡ ਦਾ ਬੰਦਾ ਚਾਹੀਦੇ ਆ ਦੇ ਲਓ, ਅਤੇ ਸਿਕਿਉਰਿਟੀ ਵਾਸਤੇ ਵੀ ਫੁੱਲ ਟਾਈਮ ਵੀ ਕਰ ਸਕਦੇ ਹੋ, ਸ਼ਿਫਟ ਵਰਕ ਵੀ ਹੈਗਾ, ਨਾਈਟ ਵਰਕ ਵੀ ਹੈਗਾ, ਵੀਕਐਂਡ 'ਤੇ ਕੰਮ ਕਰਨਾ ਵੀਕਐਂਡ 'ਤੇ ਵੀ ਤੁਸੀਂ ਕੰਮ ਕਰ ਸਕਦੇ ਹੋ, ਠੀਕ ਹੈ ਜੀ। ਆਹ ਦੇਖੋ ਤੁਹਾਨੂੰ ਉਹ ਸਾਰਾ ਕੁਝ ਉਹਨਾਂ ਨੇ ਦੱਸਿਆ ਹੈਗਾ ਕੀ ਕੀ ਚਾਹੀਦਾ ਹੈਗਾ, ਸਾਰਾ ਕੁਝ ਤੁਸੀਂ ਪੜ੍ਹ ਸਕਦੇ ਹੋ। ਜੇ ਤੁਸੀਂ ਅਪਲਾਈ ਕਰਨਾ ਤੁਸੀਂ ਆਹ ਈਮੇਲ ਐਡਰੈਸ ਦਿੱਤੀ ਹੋਈ ਹੈ, ਆਹ ਬੰਦੇ ਦਾ ਨਾਂ ਦੱਸਿਆ ਹੋਇਆ, ਤੁਸੀਂ ਆਹ ਬੰਦੇ ਨਾਲ ਸਿੱਧੀ ਈਮੇਲ ਇਹਨੂੰ ਪਾ ਸਕਦੇ ਹੋ, ਆਪਣਾ ਸੀਵੀ ਤਿਆਰ ਕਰਕੇ, ਆਪਣਾ ਮੋਟੀਵੇਸ਼ਨ ਲੈਟਰ ਤਿਆਰ ਕਰਕੇ। ਅਤੇ ਜੇ ਤੁਹਾਡੇ ਕੋਲ ਸਿਕਿਉਰਿਟੀ ਸ਼ਾਈਨ ਹੈਗੀ ਆ, ਸਿਕਿਉਰਿਟੀ ਜਿੱਦਾਂ ਸਰਟੀਫਿਕੇਟ ਜਿਹੜਾ ਹੁੰਦਾ ਜਿਹੜੀ ਕੰਪਨੀ ਤੋਂ, ਉੱਥੇ ਇਹਨਾਂ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਇਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ ਹੈਗਾ, ਤੁਸੀਂ ਜਾ ਕੇ ਆਲਰੇਡੀ ਦੇਖ ਸਕਦੇ ਹੋ ਬਿਨਾਂ ਕੋਈ ਟੈਨਸ਼ਨ ਤੋਂ। ਅਤੇ ਹੁਣ ਵੀ ਜੇ ਤੁਸੀਂ ਨਹੀਂ ਅਪਲਾਈ ਕਰੋ ਉਹ ਤੁਹਾਡੇ ਲਈ ਮਾੜੀ ਗੱਲ ਆ, ਅਸੀਂ ਤਾਂ ਸਾਡਾ ਕੰਮ ਹੈ ਤੁਹਾਨੂੰ ਇਨਫੋਰਮੇਸ਼ਨ ਦੇਣਾ, ਇਨਫੋਰਮੇਸ਼ਨ ਦੇ ਕੇ ਤੁਸੀਂ ਕਿੱਦਾਂ ਅਪਲਾਈ ਕਰਨਾ ਕਿੱਦਾਂ ਨਹੀਂ ਅਪਲਾਈ ਕਰਨਾ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਨਾ, ਉਹ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕਿ ਨਹੀਂ।
ਜੇ ਲੋਜਿਸਟਿਕ ਦਾ ਕੰਮ ਭਾਰਾ ਹੁੰਦਾ, ਲੋਜਿਸਟਿਕ ਦਾ ਕੰਮ ਜਿਹੜਾ ਲਾਗਾ ਦਾ ਕੰਮ ਹੁੰਦਾ, ਜਿੱਦਾਂ ਨਾ ਮਤਲਬ ਕਿ ਵੇਅਰ ਹਾਊਸ ਜਿਹਨੂੰ ਕਹਿੰਦੇ ਨੇ, ਵੇਅਰ ਹਾਊਸ ਦੇ ਵਿੱਚ ਵੀ ਕੰਮ ਹੈਗਾ, ਤੁਸੀਂ ਦੇ ਸਕਦੇ ਹੋ। ਹੁਣ ਤੁਸੀਂ ਦੇਖਿਆ ਹੈਗਾ ਜੇ ਡਰਾਈਵਰ ਦੇ ਵਿੱਚ, ਸਿਕਿਉਰਿਟੀ ਦੇ ਵਿੱਚ ਉਹਨਾਂ ਨੇ ਬੋਲੀ ਕਿ ਤੁਹਾਡੇ ਕੋਲ ਘੱਟ ਹੀ ਮੰਗੀ ਹੈ, ਇੰਨਾ ਕੋਈ ਉਹਦਾ ਹੈਗਾ ਨਹੀਂ, ਪਰ ਅਪਲਾਈ ਤਾਂ ਤੁਸੀਂ ਕਰ ਹੀ ਸਕਦੇ ਹੋ ਆਪ ਨਾ, ਅਪਲਾਈ ਕਰੋ। ਜੇ ਕਲੀਨਿੰਗ ਸਰਵਿਸ ਦੀ ਤੁਸੀਂ ਦੇ ਦੇਖੋ, ਸਾਫ਼ ਸਫਾਈ ਵਾਲਿਆਂ ਦੀ ਜਿਹਨਾਂ ਨਹੀਂ ਹੈਗੀ, ਬਿਲਡਰ ਕਲੀਨਰ ਆ ਦੇ ਲਓ, ਕਲੀਨਰ ਜਿਹੜੇ ਕਲੀਨਿੰਗ ਦਾ ਸਾਫ਼ ਸਫਾਈ ਦਾ ਕੰਮ ਕਰਨ ਵਾਸਤੇ ਅਪਲਾਈ ਕਰਨਾ ਚਾਹੁੰਦੇ ਆ, ਦੇਖੋ ਕਿੰਨੀਆਂ ਕਿੰਨੀਆਂ ਜੋਬਸ ਹੈਗੀਆਂ, 142 ਜੋਬਸ ਹੈਗੀਆਂ। ਪਰ ਤੁਸੀਂ ਅਪਲਾਈ ਕਰੋਗੇ ਫਿਰ ਹੀ ਕੁਛ ਬਣੇਗਾ, ਤੁਹਾਨੂੰ ਨਹੀਂ ਕੁਛ ਆ ਪਾਉਂਦਾ, ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਤੁਸੀਂ ਸਾਨੂੰ ਦੱਸੋ ਕਿ ਭਾਜੀ ਸਾਨੂੰ ਸੀਵੀ ਨਹੀਂ ਬਣਦਾ ਪਿਆ ਸਾਡੇ ਕੋਲ ਮੋਟੀਵੇਸ਼ਨ ਲੈਟਰ ਨਹੀਂ ਬਣਦਾ ਪਿਆ, ਅਸੀਂ ਤੁਹਾਡੀ ਹੈਲਪ ਕਰਾਂਗੇ। ਜਾਂ ਕੋਈ ਤੁਹਾਡਾ ਬੱਚਾ ਜਾਂ ਤੁਹਾਡਾ ਕੋਈ ਭੈਣ ਭਰਾ ਪੜ੍ਹਿਆ ਲਿਖਿਆ ਹੈਗਾ, ਉਹਨੂੰ ਕਹੋ ਕਿ ਸਾਡਾ ਸੀਵੀ ਤਿਆਰ ਕਰਕੇ ਦੇ, ਸਾਡਾ ਮੋਟੀਵੇਸ਼ਨ ਲੈਟਰ ਤਿਆਰ ਕਰਕੇ ਦੇ ਕੰਪਨੀ ਦੇ ਅਕੋਰਡਿੰਗ ਨਾ, ਅਤੇ ਤੁਹਾਨੂੰ ਫਿਰ ਅਪਲਾਈ ਕਰ ਸਕਦੇ ਹੋ। ਆਹ ਦੇਖੋ ਫਰੈਂਕਫੋਰਟ ਮੈਂ ਰਹਿੰਦਾ, ਫਰੈਂਕਫੋਰਟ ਦੇ ਵਿੱਚ ਵੀ ਹੈਗਾ, ਫਰੈਂਕਫੋਰਟ ਵਿੱਚ ਤੁਸੀਂ ਦੇ ਸਕਦੇ ਹੋ। ਪਾਰਟ ਟਾਈਮ ਵਰਕ ਹੈ, ਪਾਰਟ ਟਾਈਮ ਵਰਕ ਕਹਿੰਦੇ ਆ, ਮੋਰਨਿੰਗ ਜਾਂ ਆਫਟਰਨੂਨ ਤੁਸੀਂ ਕਰ ਸਕਦੇ ਹੋ, ਤੁਸੀਂ ਜਿੱਦਾਂ ਦਾ ਕੰਟਰੈਕਟ ਚਾਹੀਦਾ ਤੁਸੀਂ ਲੱਭ ਸਕਦੇ ਹੋ, ਇਹਦੇ ਵਿੱਚ ਤੁਸੀਂ ਦੇ ਸਕਦੇ ਹੋ। ਉਹਨਾਂ ਨੇ ਦੱਸਿਆ ਤੁਹਾਨੂੰ ਟਿਕਟ ਵੀ ਦੇਣਗੇ, ਫਿਟਨੈਸ ਸਟੂਡੀਓ ਵੀ ਦੇਣਗੇ, ਅਤੇ ਇੱਕ ਤੁਹਾਨੂੰ ਸਾਈਕਲ ਵੀ ਮਿਲੇਗੀ ਫ੍ਰੀ, ਹੈ ਨਾ। ਹਰ ਇੱਕ ਚੀਜ਼ ਦਾ ਤੁਹਾਨੂੰ ਦੱਸਿਆ ਹੋਇਆ ਕਿ ਜੇ ਇਹਦੇ ਵਿੱਚ ਕਿਤੇ ਵੀ ਲਿਖਿਆ ਨਹੀਂ ਹੈਗਾ ਅਪਲਾਈ ਕਰਨ ਵਾਸਤੇ ਕਿ ਤੁਹਾਨੂੰ ਕੀ ਚਾਹੀਦਾ, ਮਤਲਬ ਕਿ ਬੋਲੀ ਚਾਹੀਦੀ ਹੈ ਸਾਫ਼ ਸਫਾਈ ਵਾਸਤੇ, ਪਰ ਤੁਸੀਂ ਅਪਲਾਈ ਕਰੋਗੇ ਫਿਰ ਹੀ ਆ। ਹੁਣ ਤੁਸੀਂ ਅਪਲਾਈ ਨਹੀਂ ਕਰਨਾ, ਤੁਸੀਂ ਉੱਥੇ ਬੈਠੇ ਰਹਿਣਾ, ਅਪਲਾਈ ਨਹੀਂ ਕਰਨਾ ਤੁਸੀਂ, ਅਤੇ ਉਹ ਤਾਂ ਫਿਰ ਮਾੜੀ ਗੱਲ ਹੈ ਨਾ। ਅਸੀਂ ਤੁਹਾਨੂੰ ਕਹਿੰਦੇ ਹਾਂ ਏਜੰਟਾਂ ਤੋਂ ਬਚੋ, ਜਿਹੜੇ ਏਜੰਟ ਏਜੰਟ ਦੂਰ ਰਹਿਣ, ਜਿਹੜੇ ਏਜੰਟ ਤੁਹਾਡੇ ਕੋਲ ਪੈਸੇ ਮੰਗਦੇ, ਛਿੱਤਰ ਮਾਰੋ ਉਹਨਾਂ ਦੇ ਪਹਿਲਾਂ ਪੈਸੇ ਦੇਣ ਤੋਂ ਪਹਿਲਾਂ, ਉਹ ਤਾਂ ਐਵੇਂ ਤੁਹਾਡੇ ਪੈਸੇ ਖਾਂਦੇ ਰਹਿੰਦੇ ਆ। ਬਾਕੀ ਕੰਸਟਰਕਸ਼ਨ ਦੇ ਵਿੱਚ ਵੀ ਇੱਦਾਂ ਹੀ ਹੈ, ਕੰਸਟਰਕਸ਼ਨ ਦੇ ਵਿੱਚ ਵੀ ਤਾਂ ਸੇਮ ਹੀ ਪ੍ਰੋਸੈਸ ਹੈਗਾ। ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਤੁਹਾਨੂੰ ਕਿੱਦਾਂ ਦੇ ਪੇਪਰ ਚਾਹੀਦੇ ਹੈਗੇ ਨੇ, ਔਰ ਮੈਨੂੰ ਕਾਪੀ ਹੋਣੇ ਨੇ। ਇਹ ਹੈਗੀ ਹੈ ਚੈੱਕ ਲਿਸਟ। ਕੋਈ ਵੀ ਤੁਸੀਂ ਜੇ ਵਰਕ ਓਪਨ ਵਰਕ ਪਰਮਿਟ, ਇਹ ਨਹੀਂ, ਇਹ ਹੈਗੀ ਸੋਰੀ, ਇਹ ਹੈਗੀ ਅਪਰਚੁਨਿਟੀ ਕਾਰਡ ਦੀ, ਮੇਰੇ ਕੋਲ ਵਰਕ ਦੀ ਹੋਣ ਇਸ ਟਾਈਮ ਚੈੱਕ ਲੈ। ਇੱਦਾਂ ਦਾ ਇੱਕ ਤੁਹਾਨੂੰ ਕੰਮ ਦਾ ਕੰਟਰੈਕਟ ਚਾਹੀਦਾ, ਇੱਦਾਂ ਦਾ ਕੰਟਰੈਕਟ ਉਹਨਾਂ ਨੇ ਬਣਾ ਕੇ ਦੇਣਾ। ਇਹ ਜਰਮਨ ਦੇ ਵਿੱਚ ਆ, ਉਹਨਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਬਣਾ ਕੇ ਦੇਣਾ ਉਹਨੂੰ, ਜਰਮਨ 'ਚ ਉਹਨੂੰ ਕਹਿੰਦੇ ਆਵੈਤ ਫਤਰਾਕ ਨਾ, ਆਵੈਤ ਫਤਰਾਕ ਇੱਦਾਂ ਦਾ ਬਣਾ ਕੇ ਦੇਣਾ ਹੈ। ਅਤੇ ਸਿਰਫ ਨੋਰਮਲ ਮੈਂ ਉੱਪਰ ਜਿੱਦਾਂ ਇੱਕ ਐਕਸਪਲੇਨ ਕਰਨ ਵਾਸਤੇ ਸਿਰਫ ਡਾਊਨਲੋਡ ਕੀਤਾ, ਇੱਕ ਫੋਰ ਇਗਜ਼ਾਮਪਲ ਵਾਸਤੇ ਨਾ, ਇੱਦਾਂ ਦਾ ਤੁਹਾਨੂੰ ਆਵੈਤ ਫਤਰਾਕ ਉਹਨਾਂ ਨੇ ਬਣਾ ਕੇ ਦੇਣਾ, ਤੁਹਾਡਾ ਨਾਂ ਲਿਖਿਆ ਹੋਣਾ ਇੱਥੇ, ਇੱਥੇ ਤੁਹਾਡਾ ਨਾਂ ਲਿਖਿਆ ਹੋਣਾ, ਕੰਪਨੀ ਦਾ ਨਾਂ ਲਿਖਿਆ ਹੋਣਾ, ਕਦੋਂ ਤੋਂ ਸਟਾਰਟ ਹੋਣਾ, ਇੱਦਾਂ ਦਾ ਕਰਕੇ ਉਹਨਾਂ ਨੇ ਭਰ ਕੇ ਦੇਣਾ ਤੁਹਾਨੂੰ, ਇਹਦੇ ਨਾਲ ਇੱਕ ਅਪਰੂਵਲ ਲੈਟਰ। ਅਤੇ ਜਿਹੜਾ ਅਕਲੇਰਿੰਗ ਸੁਮ ਬਿਸ਼ੈਫਤਿੰਗ ਵਾਲਾ ਪਰਮਿਸ਼ਨ ਆਫ ਲੈਟਰ ਹੈ, ਉਹ ਇੱਦਾਂ ਦਾ ਆ, ਦੇਖ ਲਓ, ਅਕਲੇਰਿੰਗ ਸੁਮ ਬਿਸ਼ੈਫਤਿੰਗ ਵਾਲਾ ਇੱਦਾਂ ਦਾ ਪੇਪਰ ਹੋਣਾ ਉਹ ਜਿਹੜਾ। ਇੱਕ ਦੂਜਾ ਨਹੀਂ, ਦੋ ਪੇਪਰ ਹੋ ਗਏ ਤੁਹਾਡੇ ਕੋਲ, ਇਹ ਅਕਲੇਰਿੰਗ ਸੁਮ ਬਿਸ਼ੈਫਤਿੰਗ ਵਾਲਾ ਪਰਮਿਸ਼ਨ ਦੇ ਨਾਲ ਹੈ, ਤੀਜਾ ਪੇਪਰ ਹੋਣਾ ਜਿਹਨੂੰ ਕਹਿੰਦੇ ਇੱਦਾਂ ਆ ਜਿਹੜਾ। ਆਹ ਤਿੰਨਾਂ ਪੇਪਰ ਹੋ ਗਿਆ, ਇੱਕ ਕੰਪਨੀ ਤੋਂ ਮਿਲਣਾ ਤੁਹਾਨੂੰ ਅਪਰੂਵਲ ਲੈਟਰ, ਉਹ ਹਰ ਇੱਕ ਕੰਪਨੀ ਆਪਣਾ ਬਣਾ ਕੇ ਦਿੰਦੀ ਹੈ। ਅਪਰੂਵਲ ਲੈਟਰ ਹੁੰਦਾ ਕਿ ਸਿਰਫ ਉਹਨੇ ਆਪਣੀ ਸਟੈਂਪ ਲਾ ਕੇ ਸੈਨ ਕਰਕੇ, ਦੇਖ ਮਾੜਾ ਜਿਹਾ ਥੋੜ੍ਹੀਆਂ ਚਾਰ ਪੰਜ ਲਾਈਨਾਂ ਲਿਖਣੀਆਂ ਹੁੰਦੀਆਂ ਕਿ ਸਾਨੂੰ ਇਹ ਬੰਦੇ ਦੀ ਸੀਟ ਪੱਕੀ ਹੈ, ਸਾਨੂੰ ਇਹ ਬੰਦਾ ਕਾਹਤੋਂ ਚਾਹੀਦਾ, ਅਤੇ ਬਸ ਇਹ ਐਕਸਪਲੇਨ ਕਰਨਾ ਹੁੰਦਾ। ਅਤੇ ਉਹ ਕੰਪਨੀਆਂ ਤੁਹਾਨੂੰ ਮਤਲਬ ਕਿ ਇਹ ਚਾਰ ਤੁਹਾਨੂੰ ਚੀਜ਼ਾਂ ਜਰਮਨ ਤੋਂ ਚਾਹੀਦੀਆਂ, ਜਿਹੜੀ ਕੰਪਨੀ ਤੁਹਾਨੂੰ ਕੰਮ ਮਿਲਦਾ, ਠੀਕ ਹੈ ਜੀ। ਬਾਕੀ ਚੈੱਕ ਲਿਸਟ ਦੇਖਣੀ ਹੈ ਤੁਸੀਂ, ਚੈੱਕ ਲਿਸਟ ਮੈਂ ਤੁਹਾਨੂੰ ਸ਼ੋ ਕਰ ਦਿੰਦਾ, ਮੈਂ ਤੁਹਾਨੂੰ ਹੁਣੇ ਮਿਲਦਾ, ਇੱਥੇ ਮੇਰੇ ਕੋਲ ਪਈ ਹੋਈ ਸਰ ਚੈੱਕ ਲਿਸਟ, ਡਾਊਨਲੋਡ ਕੀਤੀ ਸੀ ਕਿ ਨਹੀਂ, ਰੁਕ ਜਾਓ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਵਰਕ ਵੀਜ਼ਾ ਜਰਮਨੀ ਚੈੱਕ ਲਿਸਟ,
ਲਓ ਜੀ, ਇਹ ਤੁਹਾਡੀ ਆ ਗਈ, ਕਿੰਨਾ ਔਖਾ ਦੱਸੋ, ਆ ਤੁਹਾਡੇ ਸਾਹਮਣੇ ਹੁਣ ਆ ਗਿਆ। ਲਓ ਜੀ ਦੇਖ ਲਓ, ਚੈੱਕ ਲਿਸਟ ਫੋਰ ਨੈਸ਼ਨਲ ਵੀਜ਼ਾ ਇੰਪਲੋਇਮੈਂਟ, ਇਹਦੇ ਵਿੱਚ ਆਲਰੇਡੀ ਲਿਖਿਆ ਹੈਗਾ ਇੰਪਲੋਇਮੈਂਟ ਕੰਟਰੈਕਟਰ ਚਾਹੀਦਾ ਤੁਹਾਡੇ ਕੋਲ, ਅਤੇ ਡਿਪੂਟੇਸ਼ਨ ਆਰਡਰ ਚਾਹੀਦਾ ਜੇ ਤੁਸੀਂ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਇੰਪਲੋਇਮੈਂਟ ਹੈਗੀ ਆ, ਫਿਰ ਤੁਹਾਨੂੰ ਉਹ ਐਪਲੀਕੇਬਲ, ਜ਼ਰੂਰੀ ਨਹੀਂ ਹੈਗਾ ਨਾ। ਕਵਰ ਲੈਟਰ ਤੁਹਾਨੂੰ ਚਾਹੀਦਾ, ਆ ਦੇਖ ਲਓ, ਪਰੂਫ ਆਫ ਕੁਆਲੀਫਿਕੇਸ਼ਨ ਚਾਹੀਦਾ, ਆਪਣਾ CV ਤਿਆਰ ਕਰਨਾ, ਇਪ ਐਪਲੀਕੇਬਲ ਅਪਰੂਵਲ ਲੈਟਰ ਆਫ ਫੈਡਰਲ ਇੰਪਲੋਇਮੈਂਟ ਏਜੰਸੀ, ਇਹ ਤੁਹਾਡਾ ਮਾਲਕ ਤੁਹਾਨੂੰ ਅਪਲਾਈ ਕਰਕੇ ਦੇ ਸਕਦਾ, ਇਹ ਹੈਗਾ ਫਾਸਟ ਟਰੈਕ ਦਾ ਕੰਮ ਨਾ, ਉਹ ਤੁਸੀਂ ਦੇ ਸਕਦੇ ਹੋ। ਇਹ ਸਾਰੇ ਪੇਪਰ ਹੈਗੇ, ਤੁਸੀਂ ਜਾ ਕੇ ਉਹਨਾਂ ਨੂੰ ਜਾ ਕੇ ਤੁਸੀਂ ਦੇ ਸਕਦੇ ਹੋ, ਚੈੱਕ ਲਿਸਟ ਤੁਹਾਨੂੰ ਤੁਹਾਡੇ ਸਾਹਮਣੇ ਆ, ਪੇਪਰ ਤਿਆਰ ਕਰਕੇ ਦਿਓ ਉਹਨਾਂ ਨੂੰ, ਉਹ ਤਿਆਰ ਕਰਕੇ ਦੇ ਗਏ ਅਤੇ ਆਪਣਾ ਕੰਮ ਕਰਵਾਓ, ਅਤੇ ਜਿੰਨੀ ਜਲਦੀ ਹੋ ਸਕਦਾ ਵੀਜ਼ਾ ਲੈ ਕੇ ਜਰਮਨ ਦੇ ਵਿੱਚ ਆਓ। ਜਿਹੜੇ ਬੰਦੇ ਨੂੰ ਨਹੀਂ ਹੁਣ ਵੀ ਆ, ਦੇ ਲਓ, ਤੁਹਾਨੂੰ ਦੇਖ ਲਓ, ਦੇਖ ਸਕਦੇ ਤੁਸੀਂ, ਇਹਦੇ ਵਿੱਚ ਆਲਰੇਡੀ ਉਹਨਾਂ ਲਿਖਿਆ ਹੋਇਆ, ਪਹਿਲਾਂ ਹੀ ਲਿਖਿਆ ਬਿਫੋਰ ਫਿਲਿੰਗ ਆਊਟ ਆਫ ਐਪਲੀਕੇਸ਼ਨ ਫੋਰਮ ਬੁਕਿੰਗ ਐਂਡ ਅਪੋਇੰਟਮੈਂਟ, ਪਹਿਲਾਂ ਤਾਂ ਜਾ ਕੇ ਬੁੱਕ ਅਪੋਇੰਟਮੈਂਟ ਕਰ ਲਓ, ਅਪੋਇੰਟਮੈਂਟ ਤੁਹਾਨੂੰ ਮਿਲਦੀ ਵੀ, ਫਿਰ ਜਾ ਕੇ ਆ ਚੀਜ਼ਾਂ ਦਾ ਧਿਆਨ ਰੱਖੋ, ਠੀਕ ਹੈ। ਹੈਲਥ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਚਾਹੀਦੀ ਯੂਰੋਪ 'ਚ ਆਉਣ ਵਾਸਤੇ, ਜਰਮਨ 'ਚ ਆਉਣ ਵਾਸਤੇ, ਤੁਹਾਨੂੰ ਤਾਂ ਘੱਟ ਤੋਂ ਘੱਟ 3 ਮਹੀਨੇ ਦੀ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ, 90 ਦਿਨ ਦੀ, 90 ਦਿਨ ਤੋਂ ਜ਼ਿਆਦਾ ਹੀ ਕਰਵਾਇਓ, 90 ਤੋਂ ਭਾਵੇਂ 95 ਦਿਨ ਦੀ ਕਰਵਾ ਲਿਓ, ਫਿਰ ਵੀਜ਼ਾ ਅਪਲਾਈ ਕਰਿਓ, ਠੀਕ ਹੈ ਜੀ। ਅਤੇ ਬਾਕੀ ਚਲੋ ਚਲਦੇ ਹਾਂ ਹੁਣ ਅਸੀਂ ਆਪਣੇ ਸਕਰੀਨ ਦੇ ਉੱਤੇ, ਟੈਲੀਫੋਨ ਸਕਰੀਨ ਦੇ ਉੱਤੇ, ਉੱਥੇ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ, ਠੀਕ ਹੈ ਜੀ, ਆ ਜਾਓ। ਹਾਂਜੀ, ਹੁਣ ਤਾਂ ਤੁਹਾਨੂੰ ਮੈਂ ਸਾਰਾ ਕੁਝ ਐਕਸਪਲੇਨ ਕਰ ਦਿੱਤਾ ਹੈਗਾ, ਤੁਹਾਨੂੰ ਮੈਂ ਸਾਰਾ ਕੁਝ ਕੰਪਿਊਟਰ 'ਤੇ ਵੀ ਦਿਖਾ ਦਿੱਤਾ ਹੈਗਾ, ਪਰ ਹੁਣ ਤਾਂ ਤੁਸੀਂ ਅਪਲਾਈ ਕਰ ਹੀ ਸਕਦੇ ਹੋ। ਜੇ ਤਾਂ ਹੁਣ ਵੀ ਤੁਸੀਂ ਇੰਡੀਆ ਦੇ ਵਿੱਚ ਬਹਿ ਕੇ ਜਾਂ ਕਿਸੇ ਆਪਣੀ ਛੋਟੀ ਕੰਟਰੀਆਂ ਦੇ ਵਿੱਚ ਬਹਿ ਕੇ ਨਹੀਂ ਅਪਲਾਈ ਕਰਨਾ, ਤਾਂ ਤੁਹਾਡੇ ਲਈ ਫਿਰ ਮਾੜੀ ਗੱਲ ਹੈਗੀ ਹੈ ਨਾ। ਤੁਸੀਂ ਅਪਲਾਈ ਕਰੋ ਹੁਣ ਜਾ ਕੇ ਜਿੰਨੀ ਜਲਦੀ ਹੋ ਸਕਦਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵਾਂ, ਜਲਦੀ ਜਲਦੀ ਆਓ ਜਰਮਨ, ਸਾਨੂੰ ਵੀ ਹੋਵੇਗੀ ਖੁਸ਼ੀ। ਜਿਹੜਾ ਵੀ ਸਾਡੀ ਵੀਡੀਓ ਦੇਖ ਕੇ ਜਰਮਨ ਆਏਗਾ ਤਾਂ ਸਾਨੂੰ ਜ਼ਰੂਰ ਮੈਸੇਜ ਕਰਿਓ, ਤੁਹਾਡੀ ਹੈਲਪ ਕਰਾਂਗੇ ਜਰਮਨ ਦੇ ਵਿੱਚ, ਜਿਹੜੇ ਵੀ ਡਾਕੂਮੈਂਟ ਤੁਹਾਨੂੰ ਚਾਹੀਦੀ ਹੋਏਗੀ ਨਾ, ਜਿਹੜੇ ਤੁਹਾਨੂੰ ਪੇਪਰ ਨਹੀਂ ਸਮਝ ਆਏਗਾ ਜੇ ਜਰਮਨ ਦੇ ਵਿੱਚ ਕਿੱਦਾਂ ਕੀ ਅਪਲਾਈ ਕਰਨਾ, ਕੋਈ ਚੀਜ਼ ਦੀ ਤੁਹਾਨੂੰ ਨਹੀਂ ਪਤਾ ਲੱਗੇਗਾ, ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਨੰਬਰ ਮਿਲ ਜਾਏਗਾ, ਮੇਰਾ ਬੀਓ ਦੇ ਵਿੱਚ ਆਲਰੇਡੀ ਮੇਰੀ ਈਮੇਲ ਐਡਰੈਸ 'ਤੇ ਨੰਬਰ ਲਿਖਿਆ ਹੋਇਆ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਤੇ ਮੈਂ ਤੁਹਾਨੂੰ ਜ਼ਰੂਰ ਤੁਹਾਡੀ ਹੈਲਪ ਕਰਾਂਗਾ। ਮੈਨੂੰ ਵੀ ਬਹੁਤ ਖੁਸ਼ੀ ਹੋਏਗੀ, ਮੈਂ ਤਾਂ ਸਿਰਫ ਇਹੀ ਚਾਹੁੰਦਾ ਕਿ ਤੁਸੀਂ ਸਾਰਿਆਂ ਦੀ ਹੈਲਪ ਕਰਿਆ ਕਰੋ ਅੱਗੇ ਤੋਂ ਅੱਗੇ, ਹੈਲਪ ਕਰੋਗੇ ਸਕਸੈਸਫੁਲ ਹੋ ਕੇ ਵੀ, ਹੈਲਪ ਨਹੀਂ ਕੀਤੀ ਫਾਇਦਾ ਨਹੀਂ ਹੈਗਾ ਕੋਈ ਵੀ, ਐਵੇਂ ਸੜਿਆ ਨਾ ਕਰੋ ਕਿਸੇ ਤੋਂ, ਸਾਰਿਆਂ ਦੀ ਹੈਲਪ ਕਰਿਆ ਕਰੋ ਤਾਂ ਕਿ ਸਾਰੇ ਮੇਰੇ ਭੈਣ ਭਰਾ ਸੈੱਟ ਹੋ ਸਕਣ, ਸਾਰੇ ਵਧੀਆ ਵਧੀਆ ਆਪਣੇ ਕੰਮਾਂ 'ਤੇ ਲੱਗ ਸਕਣ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਮੈਂਟ ਜ਼ਰੂਰ ਕਰਿਓ। ਜੇ ਤੁਸੀਂ ਆਹ ਵੀਡੀਓ ਦੇ 500 ਕਮੈਂਟ ਤੋਂ ਜ਼ਿਆਦਾ ਲੇਵਨ ਸਲੋਫ ਦੇ ਵਿੱਚ ਮਤਲਬ ਕਿ ਲਿਖਤਾ ਤੁਸੀਂ CV ਚਾਹੀਦਾ, CV ਟਿਊਬਕਾਸਟ, CV ਟਿਊਬਕਾਸਟ ਆਹ ਲਿਖ ਕੇ ਪੋਸਟ ਕਰਤਾ, ਤਾਂ ਤੁਹਾਡੇ ਲਈ CV ਦੀ ਅਸੀਂ ਜ਼ਰੂਰ ਵੀਡੀਓ ਲੈ ਕੇ ਆਵਾਂਗੇ, ਕਿੱਦਾਂ ਤੁਸੀਂ CV ਬਣਾਉਣਾ, ਮੋਟੀਵੇਸ਼ਨ ਲੈਟਰ ਵੀ ਤੁਹਾਨੂੰ ਦੱਸਾਂਗੇ, ਭਾਵੇਂ ਤੁਸੀਂ ਕਾਪੀ ਪੇਸਟ ਕਰਕੇ ਛਾਪ ਲਿਓ, ਤੁਹਾਨੂੰ ਹਰ ਇੱਕ ਪ੍ਰੋਜੈਕਟ ਦੱਸਾਂਗੇ ਕਿ ਮੋਟੀਵੇਸ਼ਨ ਲੈਟਰ ਕਿਹਦਾ ਕਿੱਦਾਂ ਚਾਹੀਦਾ, ਜਿੱਦਾਂ ਸਫਾਈ ਵਾਲਿਆਂ ਨੂੰ ਕਿੱਦਾਂ ਬਣਾਉਣਾ, ਸਿਕਿਉਰਿਟੀ ਵਾਲਿਆਂ ਨੂੰ ਕਿੱਦਾਂ ਬਣਾਉਣਾ, ਟਰੱਕ ਡਰਾਈਵਰ ਨੇ ਕਿੱਦਾਂ ਬਣਾਉਣਾ, ਤੁਹਾਨੂੰ ਉਹਦੇ ਲਈ ਹਮੇਸ਼ਾ ਲੈ ਕੇ ਆਵਾਂਗੇ, ਠੀਕ ਹੈ ਜੀ। ਬਾਕੀ ਜਿੰਨਾ ਹੋ ਸਕਦਾ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡੇ ਅੱਗੇ ਬੇਨਤੀ ਹੈ ਬਸ, ਅਸੀਂ ਤੁਹਾਨੂੰ ਕੋਈ ਵੀ ਸਾਨੂੰ ਪੈਸਾ ਨਹੀਂ ਚਾਹੀਦਾ, ਅਸੀਂ ਤੁਹਾਡੀ ਫ੍ਰੀ ਆਫ ਸੇਵਾ ਕਰ ਰਹੇ ਹਾਂ, ਸਾਡੇ ਨਾਂ 'ਤੇ ਕੋਈ ਵੀ ਪੈਸਾ ਮੰਗਦਾ ਸਾਨੂੰ ਕਹਿੰਦਾ ਕੋ ਸਾਨੂੰ ਕੋਈ ਬੰਦਾ ਨਹੀਂ ਜਾਣਦਾ, ਜੇ ਕੋਈ ਵੀ ਸਾਡਾ ਨਾਂ ਲੈ ਕੇ ਜਾਂ ਸਾਨੂੰ ਫੋਟੋ ਦਿਖਾ ਕੇ ਪੈਸਾ ਮੰਗਦਾ, ਜਾਂ ਰਾਜ ਭਾਅ ਜੀ ਦੀ ਫੋਟੋ ਦਿਖਾ ਕੇ ਪੈਸਾ ਮੰਗਦਾ, ਐਕਸਪਲੋਰ ਜਰਮਨੀ ਭਾਅ ਜੀ ਦਾ, ਉਹਦੇ ਮਾਰੋ ਛਿੱਤਰ, ਜਿੰਨੇ ਮਾਰ ਹੁੰਦੇ ਸਾਡੇ ਵੱਲੋਂ ਖੁੱਲ੍ਹੀ ਛੁੱਟੀ ਹੈ, ਤੁਹਾਡੇ ਏਜੰਟ ਨੂੰ ਵੀ ਛਿੱਤਰ ਮਾਰੋ ਅਤੇ ਉਹ ਬੰਦੇ ਦੇ ਵੀ ਛਿੱਤਰ ਮਾਰੋ ਜਿਹੜੇ ਬੰਦੇ ਤੁਹਾਡੇ ਕੋਲ ਪੈਸੇ ਮੰਗਦੇ ਨੇ, ਜਿਹੜੇ ਇੱਕ ਮਤਲਬ ਕਿ 25-30 ਹਜ਼ਾਰ 'ਚ ਕੰਮ ਹੋਣ ਵਾਲਾ, ਲੋਕ ਤੁਹਾਡੇ ਕੋਲ 15-15-20-20 ਲੱਖ ਰੁਪਈਆ ਲੈ ਜਾਂਦੇ ਆ, ਉਹਨਾਂ ਦੇ ਬੰਦੇ ਤਾਂ ਮੈਂ ਕਹਿੰਦਾ ਨਰਕ 'ਚ ਵਿੱਚ ਜਾਣ ਬੰਦੇ ਇੱਦਾਂ ਦੇ, ਅਤੇ ਪਤਾ ਨਹੀਂ ਉਹਨਾਂ ਨੂੰ ਤਰਸ ਵੀ ਨਹੀਂ ਆਉਂਦਾ ਆਪਣੇ ਬੰਦਿਆਂ 'ਤੇ, ਕੀ ਕਰਦੇ ਰਹਿੰਦੇ ਨੇ। ਬਾਕੀ ਮੇਰਾ ਵੀਰ
ਤਾਂ ਜੇ ਤੁਸੀਂ ਇੱਦਾਂ ਹੀ ਚਾਹੁੰਦੇ ਹੋ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹੀਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਰੇ ਆਪਣੇ ਫੈਮਿਲੀ ਅਤੇ ਫਰੈਂਡਸ ਨਾਲ ਸ਼ੇਅਰ ਕਰੋ, ਉਹਨਾਂ ਨੂੰ ਵੀ ਅੱਗੇ ਕਹੋ ਕਿ ਸ਼ੇਅਰ ਕਰੋ, ਸਬਸਕ੍ਰਾਈਬ ਕਰਾਓ। ਜਿੰਨੇ ਤੁਸੀਂ ਸਾਨੂੰ ਵੀਡੀਓ ਨੂੰ ਐਕਸਪਲੋਰ ਕਰੋਗੇ, ਅੱਗੇ ਤੋਂ ਅੱਗੇ ਸ਼ੇਅਰ ਕਰੋਗੇ ਤਾਂ ਸਾਰਿਆਂ ਦੇ ਨਾਲ ਸਾਰਿਆਂ ਦੀ ਹੈਲਪ ਵੀ ਹੋਏਗੀ, ਸਾਨੂੰ ਵੀ ਸਾਨੂੰ ਮੋਟੀਵੇਸ਼ਨ ਮਿਲੇਗੀ, ਸਾਡੇ ਵੀ ਚਲੋ ਚੈਨਲ ਦੀ ਰੀਚ ਵਧੇਗੀ ਅਤੇ ਤੁਹਾਡੇ ਲਈ ਇੱਦਾਂ ਹੀ ਨਵੀਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਸਾਰਿਆਂ ਦਾ ਪਿਆਰ ਭਰੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਧੰਨਵਾਦ, ਲਵ ਯੂ ਸਾਰਿਆਂ ਨੂੰ, ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ।